ਸਤਿ ਸ੍ਰੀ ਅਕਾਲ ਪੰਜਾਬ ਮੇਲ ਯੂਐਸਏ ਟੀਵੀ ਦੇ ਵਿੱਚ ਸਵਾਗਤ ਮੈਂ ਹਾਂ ਸੰਜੀਵ ਯਸ਼ ਖੰਨਾ ਲੈ ਕੇ ਹਾਜ਼ਰ ਪੰਜਾਬ ਫੋਕਸ ਪੁਤਿਨ ਕਹਿੰਦੇ ਨੇ ਕਿ ਭਾਈ ਜਿਹੜੇ ਜਿਹੜੇ ਦੇਸ਼ ਯੂਕਰੇਨ ਦੀ ਮਦਦ ਕਰਦੇ ਪਏ ਨੇ ਉਹ ਮੇਰੇ ਨਿਸ਼ਾਨੇ ਦੇ ਨੇ ਲਓ ਕਰ ਲੋ ਕਿ ਹੁਣੋਂ ਪੰਡਾ ਅਸੀਂ ਸ਼ਾਂਤੀ ਦਾ ਪ੍ਰਸਤਾਵ ਲੈ ਕੇ ਜਾਂਦੇ ਪਏ ਆ ਯੂਨਾਈਟਿਡ ਨੇਸ਼ਨਜ਼ ਆਰਗੇਨਾਈਜੇਸ਼ਨ ਇਜ਼ਰਾਈਲ ਨੂੰ ਕਹਿੰਦਾ ਪਏ ਸ਼ਾਂਤੀ ਸਥਾਪਿਤ ਕਰੋ ਗਾਜ਼ਾ ਦੇ ਵਿੱਚ ਆ ਪੁਤਿਨ ਭਾਈ ਸਾਹਿਬ ਨਵਨੀ ਗੱਲ ਲੈ ਕੇ ਬੈਠ ਗਏ ਕਹਿੰਦੇ ਕਿ ਜਿਹੜੇ ਜਿਹੜੇ ਦੇਸ਼ ਅਮਰੀਕਾ ਹੋਰ ਬਾਕੀ ਨਾਟੋ ਕੰਟਰੀਜ਼ ਮਦਦ ਕਰਦੀਆਂ ਪਈਆਂ ਨੇ ਯੂਕਰੇਨ ਦੀਆਂ ਉਹ ਮੇਰੇ ਨਿਸ਼ਾਨੇ ਤੇ ਨੇ ਇਹ ਭਾਈ ਸਾਹਿਬ ਨੂੰ ਪੁੱਛੋ ਗੱਲ ਕਿੱਧਰ ਨੂੰ ਤੋੜਨੀ ਹੈ ਇਹ ਨਵੀਆਂ ਨਵੀਆਂ ਗੱਲਾਂ ਹੁੰਦੀਆਂ ਪਈਆਂ ਨੇ ਹੁਣ ਮੁੱਖ ਦੀ ਗੱਲ ਇਹ ਆ ਕਿ ਦੁਨੀਆ ਦੇ ਵਿੱਚ ਸ਼ਾਂਤੀ ਦੀ ਸਥਾਪਨਾ ਕੌਣ ਕਰਨਾ ਚਾਹੁੰਦਾ ਗੱਲਾਂ ਤੇ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ ਵੱਡੇ ਵੱਡੇ ਪਲੇਟਫਾਰਮਸ ਦੇ ਉੱਤੇ ਵੱਡੇ ਵੱਡੇ ਇਮੋਸ਼ਨਲ ਭਾਸ਼ਣ ਦਿੱਤੇ ਜਾਂਦੇ ਨੇ ਪਰ ਅਸਲ ਵਿੱਚ ਕੌਣ ਸਥਾਪਿਤ ਕਰਨਾ ਚਾਹੁੰਦਾ ਸ਼ਾਂਤੀ ਇਹ ਵਿਚਾਰ ਕਰਨ ਦੀ ਗੱਲ ਆ ਤੇ ਹੋਰ ਵੀ ਬਹੁਤ ਸਾਰੇ ਵਿਚਾਰ ਕਰਨ ਵਾਸਤੇ ਮੇਰੇ ਨਾਰ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਹਾਂਜੀ ਖੰਨਾ ਜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਜੁੜਾ ਯੁਕਰੇਨ ਤੇ ਰਸ਼ੀਆ ਦੀ ਜੰਗ ਐਸ ਵੇਲੇ ਨੂੰ 27 ਮਹੀਨੇ ਹੋ ਗਏ ਮਤਲਬ 2 ਸਾਲ 3 ਮਹੀਨੇ ਹੋ ਚੁੱਕੇ ਆ ਔਰ ਲੋਕ ਉਥੋਂ ਦੇ ਜਿੰਨੇ ਵੀ ਲੋਕ ਨੇ ਯੁਕਰੇਨ ਦੇ ਤਰਾਸ ਤਰਾਸ ਕਰ ਰਹੇ ਆ ਖਾਣ ਤੋਂ ਪੀਣ ਤੋਂ ਬਹਿਣ ਤੋਂ ਜਿੱਥੇ ਲੜਾਈ ਲੱਗ ਜੇ 2 ਦਿਨ ਦੀ ਲੜਾਈ ਜਿਹੜੀ ਹੈ ਨਾ ਇਹ ਕਹਿਰ ਮਚਾ ਦਿੰਦੀ ਹੈ ਰੋਥੇ ਤੇ 2 ਸਾਲ ਤੋਂ ਉੱਪਰ ਹੋ ਗਿਆ ਔਰ ਇਸੇ ਤਰ੍ਹਾਂ ਹਮਾਰ ਸਿ ਇਜ਼ਰਾਈਲ ਦੀ ਜੰਗ ਜਿਹੜੀ ਹੈਗੀ ਆ ਉਹ ਵੀ ਰੁਕਣ ਦਾ ਨਾਂ ਨਹੀਂ ਲੈਂਦੀ ਚਾਰੇ ਪਾਸੇ ਜਿਹੜੀ ਹੈਗੀ ਆ ਹਹਾਕਾਰ ਮੱਚੀ ਪਈ ਹੈ ਪਰ ਆ ਜਿਹੜੀ ਪਤੀਨ ਵਾਲੀ ਗੱਲ ਦੱਸੀ ਹੈ ਇਹਨਾਂ ਨੇ ਇਸ ਵੇਲੇ ਹੋਰ ਦਬਕਾ ਮਾਰਿਆ ਧਮਕੀ ਦਿੱਤੀ ਹੈ ਕਿ ਜਿਹੜੇ ਲੋਕ ਯੂਰਪ ਨਾਲ ਰਲ ਕੇ ਯੂਕਰੇਨ ਦੀ ਲੜਾਈ ਨੂੰ ਹੋਰ ਅੱਗੇ ਵਧਾ ਰਹੇ ਆ ਔਰ ਉਹਦੇ ਵਿੱਚ ਹਥਿਆਰਬੰਦੀ ਹੋ ਰਹੀ ਹੈ ਹਥਿਆਰ ਦੇ ਰਹੇ ਆ ਅਮਰੀਕਾ ਵੀ ਉਹਨਾਂ ਵਿੱਚੋਂ ਹੈਗਾ ਔਰ ਆਂਦੇ ਮੈਂ ਔਰ ਸਾਊਥ ਕੋਰੀਆ ਰਸ਼ੀਆ ਤੇ ਨੇ ਮਿਲ ਕੇ ਇਹਨਾਂ ਦਾ ਸਫਾਇਆ ਕਰ ਸਕਦੇ ਆ ਜਿਹੜੀ ਗੱਲ ਜਿਸ ਪਾਸੇ ਨੂੰ ਇਹ ਗੱਲ ਵੱਧ ਰਹੀ ਹੈ ਜਿਸ ਪਾਸੇ ਨੂੰ ਇਹਦਾ ਰੁਖ ਹੋ ਰਿਹਾ ਜਿਸ ਪਾਸੇ ਇਹਨੂੰ ਉਕਸਾਹ ਹੋ ਰਿਹਾ ਇਹ ਮੇਰਾ ਖਿਆਲ ਹੈ ਕਿ ਤੀਸਰੀ ਮਹਾਯੁੱਧ ਵਾਲੇ ਪਾਸੇ ਵੀ ਆ ਸਕਦਾ ਜੇਕਰ ਅਮਰੀਕਾ ਨੇ ਕਿਤੇ ਮਾੜਾ ਜਾਂ ਉਂਗਲ ਹਿਲਾ ਦਿੱਤੀ ਤੇ ਸਾਰੇ ਦੇਸ਼ ਇਕੱਠੇ ਹੋ ਸਕਦੇ ਆ ਉਹਦਾ ਇੱਕ ਇਸ਼ਾਰਾ ਜਿਹੜਾ ਉਹ ਵੀ ਬੜਾ ਖਤਰਨਾਕ ਪਰ ਦੂਜੇ ਪਾਸੇ ਵੀ ਜਿਹੜੇ ਹੈਗੇ ਨਾ ਚੂੜੀਆਂ ਨੇ ਪਾਈਆਂ ਇਹ ਵੀ ਲੜਾਕੂ ਦੇਸ਼ ਨੇ ਜਿਹਦੇ ਵਿੱਚ ਚੀਨ ਵੀ ਹੈਗਾ ਰਸ਼ੀਆ ਵੀ ਹੈਗਾ ਸਾਊਥ ਕੋਰੀਆ ਵੀ ਹੈਗਾ ਬੜੇ ਬੜੇ ਵੱਡੇ ਦੇਸ਼ ਨੇ ਇਹ ਵੀ ਕਿਸੇ ਦੀ ਇਹ ਨਹੀਂ ਮੰਨਦੇ ਔਰ ਮੇਰੇ ਖਿਆਲ ਆ ਜਿਹੜੀ ਗੱਲ ਹੈ ਕੀ ਇਹਦਾ ਜਿਹੜਾ ਨਤੀਜਾ ਭੁਗਤਣਾ ਪੈਂਦਾ ਲੋਕਾਂ ਨੂੰ ਗਰੀਬਾਂ ਨੂੰ ਔਰਤਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਜਿਸ ਤਰ੍ਹਾਂ ਹਮਾਸ ਨੇ ਜੰਗ ਚ ਕਰਕੇ ਘਰੋ ਘਰ ਜਾ ਕੇ ਲੜਾਈ ਛੇੜ ਦਿੱਤੀ ਸੀ ਉਹ ਵਿਚਾਰੇ ਰੋਟੀ ਤੋਂ ਵੀ ਯਾਤਰ ਹੋ ਗਏ ਜਿਹੜਾ ਜਿੱਥੇ ਕੈਂਪ ਲੱਗੇ ਸੀ ਉੱਥੇ ਵੀ ਇਹਨਾਂ ਬੰਬਾਰਡਮੈਂਟ ਕੀਤੀ ਜਿਹੜੇ ਹਸਪੀਟਲ ਚ ਵਿਚਾਰੇ ਜ਼ਖਮੀ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ ਫੁੱਟ ਪਾਤੇ ਸੁੱਤੇ ਹਨ ਨੂੰ ਨਹੀਂ ਬਖਸ਼ਿਆ ਇਹ ਹਾਲਾਤ ਹੁੰਦੇ ਲੜਾਈ ਦੇ ਔਰ ਜਿੱਥੇ ਹਿਊਮਨ ਰਾਈਟਸ ਆ ਜਿਹੜਾ ਮਾਨਵੀ ਅਧਿਕਾਰ ਹੈ ਉਹ ਕਿੱਥੇ ਚਲੇ ਜਾਂਦਾ ਕੌਣ ਕਿੱਥੇ ਯੂਨੋ ਕੀ ਕਰਦੀ ਹੈਗੀ ਇਹ ਇਹ ਵੀ ਕੋਈ ਪਤਾ ਲੱ ਇੰਡੀਆ ਚ ਬੜਾ ਕੁਝ ਹੋ ਰਿਹਾ ਕਮਸਾਨ ਦੇ ਯੋਧਾ ਲੜਾਈਆਂ ਝਗੜੇ ਅਸੀਂ ਬੜੇ ਸ਼ਾਂਤੀ ਚ ਰਹ ਰਹੇ ਫਿਰ ਵੀ ਬਾਹਰਲੇ ਦੇਸ਼ਾਂ ਦੇ ਸਾਹਬ ਨਾਲ ਜੇ ਅਸੀਂ ਹਿਸਾਬ ਲਈਏ ਅਸੀਂ ਬਹੁਤ ਤਰੀਕੇ ਨਾਲ ਰਹ ਰਹੇ ਆਪਣੇ ਦੇਸ਼ ਪਾਕਿਸਤਾਨ ਨਾਲ ਨਾਲ ਦੇ ਗੁਆਂਢੀ ਨਾਲ ਸਾਡਾ ਕੋਈ ਬਹੁਤਾ ਚੜੋਖਧੀਆਂ ਲੜਾਈ ਨਹੀਂ ਚైనా ਸਾਡਾ ਨਾਲ ਦਾ ਦੇਸ਼ ਉਹਨਾ ਸਾਡੀ ਲੜਾਈ ਨਹੀਂ ਨੇਪਾਲ ਸਾਡੇ ਨਾਲ ਸੁਖੀ ਤੇ ਵਧੀਆ ਰਹ ਰਿਹਾ ਬੰਗਲਾਦੇਸ਼ ਵਧੀਆ ਰਹ ਰਿਹਾ ਅਸੀਂ ਕਿਸੇ ਪਾਸਿਓਂ ਨਹੀਂ ਪਰਸ ਜੇ ਅਸੀਂ ਮਰ ਰਹੇ ਤਾਂ ਅਸੀਂ ਨਸ਼ਿਆਂ ਦੀ ਆੜ ਵਿੱਚ ਨਸ਼ੇ ਦੀ ਦਲਦਲ ਵਿੱਚ ਫਸ ਕੇ ਮਰ ਰਹੇ ਹਾਂ ਹੋਰ ਬਾਕੀ ਸਾਨੂੰ ਕੋਈ ਇਸ ਤਰ੍ਹਾਂ ਦੀ ਚਿੰਤਾ ਨਹੀਂ ਨੇ ਚੰਤਾ ਤਾਂ ਠੀਕ ਹੈ ਬਟ ਨਾਲ ਗੱਲੇ ਵੀ ਹੈ ਦੇਖੋ ਨਸ਼ਿਆਂ ਦੇ ਨਾਲ-ਨਾਲ ਬੇਰੋਜ਼ਗਾਰੀ ਬਹੁਤ ਮਹਿੰਗਾਈ ਇਹ ਸਾਰੇ ਮੁੱਦੇ ਹੈਗੇ ਨੇ ਔਰ ਇਹ ਅੰਦਰੂਨੀ ਮਾਮਲੇ ਜਿਹੜੇ ਨੇ ਅੱਜ ਤੇ ਬਲਕਾਰ ਜੀ ਇਹ ਇੰਟਰਨੈਸ਼ਨਲ ਬਣ ਚੁੱਕੇ ਨੇ ਕਿਉਂਕਿ ਹਰ ਦੇਸ਼ ਦੇ ਵਿੱਚ ਇਹੀ ਪੰਗਾ ਇਹੀ ਸਿਆਪਾ ਪਿਆ ਹੋਇਆ ਸਭ ਥਾਂ ਦੇ ਉੱਤੇ ਇਹ ਯੁੱਧਾਂ ਨੇ ਮਾਰ ਲਿਆ ਇੰਨੇ-ਇੰਨੇ ਖਰਚੇ ਯੁੱਧਾਂ ਦੇ ਉੱਤੇ ਇੰਨਾ-ਇੰਨਾ ਪੈਸਾ ਇੰਨਾ-ਇੰਨਾ ਬਜਟ ਤੁਸੀਂ ਵਾਰਸ ਦੇ ਉੱਤੇ ਡਿਫੈਂਸ ਦੇ ਉੱਤੇ ਲਾ ਦਿੰਦੇ ਹੋ ਉਹ ਬਜਟ ਸਿਹਤ ਸਹੂਲਤਾਂ ਦੇ ਕੰਮ ਆ ਸਕਦਾ ਹੈ ਸਿੱਖਿਆ ਦੇ ਕੰਮ ਆ ਸਕਦਾ ਹੈ ਉਹ ਰੋਜ਼ਗਾਰ ਪੈਦਾ ਕਰਨ ਦੇ ਕੰਮ ਆ ਸਕਦਾ ਹੈ ਲੋਕਾਂ ਨੂੰ ਰੱਜ ਕੇ ਰੋਟੀ ਮਿਲ ਸਕਦੀ ਕੁਦਰਤੀ ਕਿਤੇ ਕੁਝ ਰਹਿਣ ਨਹੀਂ ਦਿੱਤਾ ਕੋਈ ਕੁਦਰਤੀ ਵਰਤਾਰਾ ਨਹੀਂ ਰਹਿਣ ਦਿੰਦਾ ਹਰ ਥਾਂ ਤੇ ਗੁਲਾਮੀ ਦਿਮਾਗ ਨੂੰ ਗੁਲਾਮ ਕਰ ਲੋ ਵਿਚਾਰਾਂ ਨੂੰ ਗੁਲਾਮ ਕਰ ਲੋ ਇਹ ਮੁੱਠੀ ਭਰ ਲੋਕ ਪੂਰੀ ਦੁਨੀਆ ਨੂੰ ਗੁਲਾਮ ਕਰਕੇ ਪਤਾ ਨਹੀਂ ਇਹ ਕੀ ਆਪਣਾ ਝੰਡਾ ਬੁਲੰਦ ਕਿਹੜਾ ਕਰਨਾ ਹੈ ਇਹਨਾਂ ਲੋਕਾਂ ਨੇ ਨਾ ਜਿਉਣ ਦਿੰਦੇ ਨੇ ਕਿਸੇ ਨੂੰ ਨਾ ਖਾਣ ਦਿੰਦੇ ਨੇ ਨਾ ਪੀਣ ਦਿੰਦੇ ਨੇ ਆਪਣੀ ਜ਼ਿੱਦ ਆਪਣਾ ਹੰਕਾਰ ਹੁਣ ਆਪਾਂ ਤੁਸੀਂ ਗੱਲ ਕੀਤੀ ਕੁਦਰਤੀ ਵੈਸੇ ਮੈਂ ਉਹ ਗੱਲ ਕਰਨਾ ਚਾਹਣਾ ਵੀ ਕੁਦਰਤ ਨਾਲ ਲੜਨਾ ਜਾਂ ਕੁਦਰਤ ਨਾਲ ਬੈਸਣਾ ਜਿਹੜੀ ਬੜੀ ਮਾੜੀ ਗੱਲ ਹੈਗੀ ਆ ਉਹ ਸਹੀ ਵੀ ਹੈਗਾ ਕੁਦਰਤ ਦੇ ਰੰਗਾਂ ਨਾਲ ਐਵੇਂ ਨਾ ਲੜਿਆ ਕਰ ਬੰਦਿਆ ਤੂੰ ਜੋ ਕੁਝ ਕਰਨਾ ਵਾ ਆਪਣੇ ਤਰੀਕੇ ਨਾਲ ਕਰ। ਕੁਦਰਤ ਨਾਲ ਜੇ ਲੜੇਗਾ ਤਾਂ ਫਿਰ ਤੂੰ ਜੀਉਣ ਜੋਗਾ ਨਹੀਂ ਰਹੇਗਾ। ਇਹ ਗੱਲ ਹੋਈ ਗਈ ਆ ਕਿ ਕੁਦਰਤ ਨਾਲ ਜੇ ਅਸੀਂ ਲੜਦੇ ਆਂ ਤਾਂ ਫਿਰ ਅਸੀਂ ਸੁਖੀ ਨਹੀਂ ਰਹਿੰਦੇ। ਨਹੀਂ ਰਹਿੰਦੇ। ਇਸ ਕਰਕੇ ਜਿਹੜੀ ਮੱਤ ਗੱਲ ਆ ਕੁਦਰਤ ਦੇ ਜਿਹੜੇ ਹਾਵ ਭਾਵ ਨੇ ਉਹਨਾਂ ਨੂੰ ਸਮਝਣਾ ਚਾਹੀਦਾ। ਹੈਨਾ ਉਹਦੀਆਂ ਜੜੀਆਂ ਉਹਦੇ ਕੁਦਰਤ ਦੇ ਜਿਹੜੇ ਰੰਗ ਨੇ ਉਹਨਾਂ ਚ ਰਹਿ ਕੇ ਵਸਣਾ ਚਾਹੀਦਾ। ਬਿਲਕੁਲ ਸਹੀ ਕਹਿੰਦੇ ਉਹ ਕਿਉਂਕਿ ਰੱਬ ਦਾ ਕੁਝ ਨਹੀਂ ਪਤਾ। ਆਹ ਉਹ ਆਪਾਂ ਸੁਣਦੇ ਵੀ ਆਂ ਸਾਡੇ ਬਜ਼ੁਰਗ ਕਹਿੰਦੇ ਨੇ ਰੱਬ ਕਿਹੜਿਆ ਰੰਗਾ ਚਰਾਜੀ ਕੁਝ ਨਹੀਂ ਪਤਾ ਲੱਗਦਾ। ਉਹ ਬੜਾ ਖੂਬਸੂਰਤ ਲਿਖਿਆ। ਕੁਝ ਜੱਗ ਤੇ ਹੁਕਮ ਚਲਾ ਤੁਰ ਗਏ ਕੁਝ ਖੁਦ ਨੂੰ ਰੱਬ ਅਖਵਾ ਤੁਰ ਗਏ ਕਿਸ ਵੇਲੇ ਕਿਹੜੇ ਰਾਹ ਤੁਰ ਗਏ ਕੁਝ ਪਤਾ ਨਾ ਲੱਗਿਆ ਭਾਜੀ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜ਼ੀ ਸੋ ਜਦੋਂ ਤੱਕ ਹੈਗੇ ਉਹ ਸਭ ਤੇ ਤਰੀਕੇ ਨਾਲ ਜਿਉ ਕੁਦਰਤ ਦੇ ਬਣ ਕੇ ਜਿਉ ਜੀ ਸੋ ਭਾਰਤੀਆਂ ਨੇ ਦੇਖੋ ਕੁਦਰਤ ਨਾਲ ਸਾਂਝ ਪਾਈ ਆ 500 ਕਰੋੜ ਲਾ ਕੇ ਆ ਅਮਰੀਕਾ ਦੇ ਵਿੱਚ ਮਿੰਨੀ ਸਿਲੀਕਨ ਵੈਲੀ ਬਣਾਈ ਹੈ ਤੇ ਵੀ ਲੱਖ ਰੁਪਿਆਂ ਨੂੰ ਅ ਰੋਜ਼ਗਾਰ ਦੇ ਦਿੱਤਾ 20 ਲੱਖ ਲੋਕ ਬਹੁਤ ਵੱਡੀ ਗੱਲ ਬਹੁਤ ਵੱਡੀ 500 ਕਰੋੜ ਬੇਰੋਜ਼ਗਾਰ ਜਿਹੜੇ ਲੋਕ ਨੇ ਅਸੀਂ ਭਾਰਤੀ ਜਨ ਵੀ ਕੋਈ ਕੰਮ ਕਰਦੇ ਆ ਭਲੇ ਦਾ ਕਰਦੇ ਲੋਕਾਂ ਦੇ ਜਿਹੜੇ ਹੈਗੇ ਆ ਉਹ ਪਰਿਵਾਰ ਪਾਲਣ ਦਾ ਕੰਮ ਕਰਦੇ ਆ ਅਸੀਂ ਸਿਲੀਕਨ ਵੈਲੀ ਦੀ ਜਿਹੜੀ ਇਸ ਵੇਲੇ ਪ੍ਰਥਾ ਜਾਂ ਸ਼ੁਰੂ ਕਰ ਦਿੱਤੀ ਕੰਪਨੀ ਕਰ ਦਿੱਤੀ ਉਹਨਾਂ ਤੋਂ ਚ ਲਾਂਚ ਕਰਕੇ ਵੱਖਰੇ ਵੱਖਰੇ ਸ਼ਹਿਰਾਂ ਸਾਰੇ ਰਾਜਾਂ ਵਿੱਚ ਇਹਨਾਂ ਨੇ ਇਹ ਜਿਹੜੀ ਹੈ ਲਾਂਚ ਕਰ ਦਿੱਤਾ ਜਿਹਦੇ ਵਿੱਚ ਬੇਰੋਜ਼ਗਾਰ ਨੇ ਉਹ ਲੋਕ ਕੰਮ ਤੇ ਆ ਲੱਗੇ ਹੋਣਾ ਉਹਨਾਂ ਨੂੰ 20 ਲੱਖ ਤੁਸੀਂ ਦੱਸਿਆ ਲੋਕਾਂ ਨੂੰ ਰੋਜ਼ਗਾਰ ਦੇ ਦਿੱਤਾ ਅਮਰੀਕਾ ਚ ਰੋਜ਼ਗਾਰ ਮਿਲਣਾ ਬਹੁਤ ਵੱਡੀ ਗੱਲ ਆ ਔਰ ਉੱਥੇ ਡਾਲਰਾਂ ਦੀ ਗੱਲ ਆ ਔਰ ਡਾਲਰ ਜਿਹੜੇ ਮਿਲਨੇ ਆ ਪੂਰੀ ਦੁਨੀਆ ਚ ਚੱਲਦੇ ਆ ਫਿਰ ਮਹਿੰਗੇ ਵੀ ਆ ਸਭ ਤੋਂ ਹੁਣ ਚਰਾਚੀ 85 ਰੁਪਏ ਦੇ ਸਾਹਮਣੇ ਚੱਲ ਰਿਹਾਗਾ ਆ ਇੰਗਲੈਂਡ ਦੇ ਪੌਂਡ ਤੋਂ ਬਾਅਦ ਜੇ ਨੰਬਰ ਆਉਂਦਾ ਤੇ ਅਮਰੀਕਾ ਦਾ ਡਾਲਰ ਆਉਂਦਾ ਫਿਰ ਕੈਨੇਡਾ ਦਾ ਆਉਂਦਾ ਇਸੇ ਤਰ੍ਹਾਂ ਦੇ ਜਿਹੜੇ ਅਗਰ ਬਾਕੀ ਅਰਬਦੇਸ਼ ਦੇ ਲੋਕ ਹੈ ਜਿੱਥੇ ਜਿੱਥੇ ਉਹਨਾਂ ਦੇ ਕਰੰਸੀ ਮਹਿੰਗੀ ਹੈ ਔਰ ਇਸੇ ਤਰ੍ਹਾਂ ਦੀ ਗੱਲ ਜਿਹੜੀ ਹੈਗੀ ਹੈ ਇਹ ਬੜੀ ਵੱਡੀ ਖੁਸ਼ਖਬਰੀ ਹੈ ਸਾਡੇ ਸਾਰੇ ਦਰਸ਼ਕਾਂ ਲਈ ਸਾਡੇ ਭਾਰਤੀਆਂ ਲਈ ਸਾਡੇ ਜਿਹੜੇ ਉੱਤੇ ਵਸਰੇ ਲੋਕ ਨੇ ਉਹਨਾਂ ਲਈ ਕਿ ਸਾਡੇ ਐਨਆਰਈ ਵੀਰ ਜਿਹੜੇ ਨੇ ਬੜੇ ਵੱਡੇ ਮਾਰ ਕੇ ਮਾਰਦੇ ਚੰਗਾ ਕੰਮ ਕਰਦੇ ਆ ਔਰ ਇਹਨਾਂ ਦਾ ਨਾਮ ਪੂਰਾ ਦੁਨੀਆ 'ਚ ਹੁੰਦਾ ਕਿ ਭਲੇ ਦਾ ਕੰਮ ਕਰਦੇ ਆ ਔਰ ਜੇਕਰ ਇਹਨਾਂ ਨੂੰ ਇੱਕ ਹੋਰ ਵੀ ਹੈ ਜੇ ਸਾਡੀ ਸਰਕਾਰ ਇਥੋਂ ਦੀ ਆਪ ਸਰਕਾਰ ਜਿਹੜੀ ਮੌਜੂਦਾ ਸਰਕਾਰ ਜੇ ਇਨਵਾਈਟ ਕਰਦੀ ਹੈ ਜਿਹੜਾ ਦਾ ਸਵਾਗਤ ਕਰਦੀ ਹੈ ਉਹਨਾਂ ਨੂੰ ਕਵੇ ਕਿ ਪੰਜਾਬ ਵਿੱਚ ਵੀ ਤੁਸੀਂ ਨਸ਼ਾ त्यागे ਜਿਹੜੀ ਤੁਸੀਂ ਅੱਗੇ ਗੱਲ ਕੀਤੀ ਹੈ ਉਹਦੇ ਤੇ ਆ ਕੇ ਜੇ ਕਾਬੂ ਪਾਉਣਾ ਤੇ ਸਾਡੀ ਹਮਾਇਤ ਕਰੋ ਸਾਡੇ ਨਾਲ ਚੱਲੋ ਐਜੂਕੇਸ਼ਨ ਦੇ ਨਾਲ ਸਾਡੇ ਚੱਲੋ ਖੇਤੀਬਾੜੀ ਨੂੰ ਬਾਰਨ ਲਈ ਸਾਡੇ ਨਾਲ ਚੱਲੋ ਔਰ ਜੇ ਤੁਸੀਂ ਕਰਨਾ ਕੰਪਨੀਆਂ ਇੱਥੇ ਲਾਂਚ ਕਰੋ ਜੇ ਇਸ ਮੌਜੂਦਾ ਸਰਕਾਰ ਨੇ ਕਹਿੰਦਾ ਜੀ ਜੀ ਬਲੇ ਬਲੇ ਕੰਪਨੀਆਂ ਆ ਗਈਆਂ ਜੀ ਜਰਮਨ ਦੀ ਕੰਪਨੀ ਆ ਗਈ ਜੀ ਇੰਗਲੈਂਡ ਦੀ ਕੰਪਨੀ ਆ ਗਈ ਜੀ ਉਹ ਸਿਰਫ ਐਲਾਨਨਾਮੇ ਹੁੰਦੇ ਆ ਖਾਲੀ ਕਾਗਜ਼ਾਂ ਤੇ ਜਿਹੜੇ ਸਾਈਨ ਹੁੰਦੇ ਆ ਕੋਈ ਕੰਪਨੀ ਨੇ ਇੱਥੇ ਆਈ ਜੇ ਐਨ ਆਰ ਆਈ ਵੀਰਣਗੇ ਤੇ ਜੇ ਅਮਰੀਕਾ ਚ ਚਲਾ ਸਕਦੇ ਸਿਲੀਕਨ ਵੈਲੀ ਦੀ ਕੰਪਨੀਆਂ ਚਲਾ ਸਕਦੇ ਆ ਤੇ ਇੰਡੀਆ ਚ ਕਿਉਂ ਨਹੀਂ ਪੰਜਾਬ ਚ ਕਿਉਂ ਨਹੀਂ ਸਾਡੇ ਬਹੁਤ ਆਤ ਲੋਕ ਜਿਹੜੇ ਆਗੇ ਪੰਜਾਬੀ ਲੋਕ ਹੈ ਮੂਰਲੀ ਕਤਾਰ ਚ ਜੇ ਇਹਨਾਂ ਨੂੰ ਮੜੀ ਜੀ ਰਿਕੁਐਸਟ ਕੀਤੀ ਜਾਵੇ ਤਾਂ ਜਾ ਦੇਖੋ ਪੰਜਾਬ ਫਿਰ ਖੁਸ਼ਹਾਲ ਬਣੂਗਾ ਇਹ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਇਹ ਸਿਰਫ ਐਲਾਨਨਾਮੇ ਕਰ ਸਕਦੀਆਂ ਮੈਨੀਫੈਸਟੋ ਕਰ ਦੇ ਸਕਦੀਆਂ ਜੋ ਐਨ ਆਰ ਆਈ ਵੀਰ ਬੈਠੇ ਨੇ ਤੇ ਜਣੋਂ ਉਹਨਾਂ ਦਾ ਖਿਆਲ ਹੋ ਗਿਆ ਉਹਨਾਂ ਨੇ ਪੰਜਾਬ ਨੂੰ ਖੁਸ਼ਹਾਲ ਕਰ ਦੇਣਾ ਪੰਜਾਬ ਸੁਪਨਿਆਂ ਦਾ ਉਹ ਬਣਾ ਦੇਣਾ ਜੋ ਗੁਰੂ ਨਾਨਕ ਦੇਵ ਜੀ ਨੇ ਸੋਚਿਆ ਸੀ ਕਿਹਾ ਸਿਰਜਿਆ ਜਾਣਾ ਚਾਹੀਦਾ ਪੰਜਾਬ ਪੰਜਾਬ ਨੂੰ ਉਹਨਾਂ ਕਿਆਸੀ ਗਿਆ ਭਾਰਤ ਆਹਾ ਮੰਗਮੁੰਦਰੀ ਜਿਉਂ ਨਾਗ ਪੰਜਾਬ ਦਾ ਇਸ ਤਰ੍ਹਾਂ ਦਾ ਨਾਗ ਪੰਜਾਬ ਹੈ ਇਸ ਤਰ੍ਹਾਂ ਦੀ ਮੰਦਰੀ ਹੈਗੀ ਆ ਇਹਦਾ ਮੱਥਾ ਮੂੰਹ ਮੱਥਾ ਡੋਲਣ ਲਈ ਗੁਰੂ ਨਾਨਕ ਦੇਵ ਜੀ ਨੇ ਕਿਆ ਸੀਗਾ ਕਿ ਮੇਰੀ ਰਬਾਬ ਮੇਰੇ ਸਾਜ ਇੱਥੇ ਵੱਜਣ ਗਿਆ ਔਰ ਇਹ ਪੰਜਾਬ ਵਾਕਈ ਉਸ ਸੁਪਨਿਆਂ ਦਾ ਪੰਜਾਬ ਬਣ ਜੂ ਜੋ ਲੋਕ ਚਾਹੁੰਦੇ ਨੇ ਖੁਸ਼ਹਾਲੀ ਜਿਵੇਂ ਅਸੀਂ ਸਕੂਲ ਚ ਗੋਦੇ ਹੁੰਦੇ ਸੀ ਜਿਵੇਂ ਪੁੱਲਾ ਵਿੱਚ ਜੋ ਪੁੱਲ ਗੁਲਾਬ ਨਹੀਂ ਸਹੀ ਉਹ ਸਾਡਾ ਪੰਜਾਬ ਨਹੀਂ ਸਹੀ ਉਹ ਹਾਂ ਸੋ ਗਰਮੀ ਬਹੁਤ ਵੱਧ ਗਈ ਹੈ ਸਹੀ ਗੱਲ ਹੈ ਔਰ ਗਰਮੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਲੋਕ ਆਪਣੇ ਜ਼ਰੂਰੀ ਕੰਮ ਠੰਡੇ ਕਰਨ ਵਾਸਤੇ ਵੀ ਕਈ ਵਾਰ ਬਾਹਰ ਨਹੀਂ ਨਿਕਲ ਸਕਦੇ। ਹਾਂ। ਔਰ ਘਰੇ ਰਹਿਣਾ ਪੈਂਦਾ ਫੋਨ ਦੇ ਉੱਤੇ ਕੰਮ ਹੁੰਦੇ ਨੇ। ਹੁਣ ਕਦੇ ਨਾ ਕਦੇ ਤਾਂ ਨਿਕਲਣਾ ਹੀ ਪਊ ਸਾਰੇ ਕੰਮ ਤੇ ਫੋਨ ਤੇ ਹੋ ਨਹੀਂ ਸਕਦੇ, ਆਨਲਾਈਨ ਤਾਂ ਹੋ ਨਹੀਂ ਸਕਦੇ। ਕਿਤੇ ਨਾ ਕਿਤੇ ਤੇ ਜਾਣਾ ਹੀ ਪਏਗਾ। ਉਨ ਜਿੱਦਾਂ ਤੁਹਾਨੂੰ ਖਾਣ ਪੀਣ ਦਾ ਸ਼ੌਕ ਹੈ ਠੀਕ ਹੈ ਡਿਲੀਵਰੀ ਬாய் ਘਰ ਦੇਜੂਗਾ ਪਰ ਕਿਤਨਾ ਕਿਤੇ ਤੇ ਆਪ ਚੜਨਾ ਪੈਦਾ ਚਲੋ ਇਹ ਤਾਂ ਮਜ਼ਾਕ ਦੀ ਗੱਲ ਹੋ ਗਈ ਪਰ ਗਰਮੀ ਦਾ ਕਹਿਰ ਬਹੁਤ ਹੈ ਉਸ ਤੋਂ ਬਚ ਕੇ ਰਹਿਣਾ ਚਾਹੀਦਾ ਔਰ ਨਾਲ ਆ ਜਿਹੜੀ ਨਾੜ ਫੂਕਦੇ ਪਏ ਨੇ ਖੇਤਾਂ ਦੇ ਵਿੱਚ ਅਸੀਂ ਦੇਖਦੇ ਆ ਜੀ ਉਹਦੇ ਕਰਕੇ ਵੀ ਤਪਸ਼ ਵਧੀ ਹੋਈ ਹੈ ਗਲੋਬਲ ਵਾਰਮਿੰਗ ਦੀ ਸਿਚੁਏਸ਼ਨ ਹੈ ਬਲਕਾਰ ਜੀ ਆਹ ਸਹੀ ਗੱਲ ਹੈ ਕਿ ਤਪਸ਼ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਉਹਦੇ ਵਧਣ ਨਾਲ ਜਿਹੜਾ ਹੈਗਾ ਇਹ 50 ਦੇ ਨੇੜੇ ਨੇੜੇ ਟੈਂਪਰੇਚਰ ਪਹੁੰਚ ਗਿਆ ਗਰਮੀ ਅਲੀ ਜਿਆਦਾ ਹੋ ਗਈ ਹੈ ਔਰ ਇਹ ਤਪਸ਼ ਜਿਹੜੀ ਹੈਗੀ ਹੈ ਇਹਨੇ ਪਰਮਾਨੈਂਟ ਲੋਕਾਂ ਨੂੰ ਕੰਮ ਕਰ ਤੋਂ ਵਾਂਝੇ ਰੱਖਿਆ ਕੰਮ ਨਹੀਂ ਕਰ ਸਕਦੇ ਲੋਕ ਕੀ ਕਰਨਗੇ ਇਨੀ ਗਰਮੀ ਦੇ ਵਿੱਚ ਇੱਕ ਦਿਨ ਇੱਕ ਵੀਡੀਓ ਸੀ ਇੱਕ ਬੀਬੀ ਨੇ ਨਾ ਜਿੱਥੇ ਟਾਈਲਾਂ ਸੀ ਬਾਹਰ ਟਾਈਲਾਂ ਦੇ ਉੱਤੇ ਨਾ ਉਹਨੇ ਪਹਿਲਾਂ ਤਾਂ ਕਿਉ ਸੁੱਟਿਆ ਕਿਉ ਸੁੱਟ ਰਿਹਾ ਕਿਉ ਉਬਲਣ ਲੱਪਿਆ ਉਦੋਂ ਬਾਅਦ ਮੜਾ ਮੜਾ ਗਰਮ ਹੋ ਗਿਆ ਉਹਨੇ ਇੱਕ ਤੋੜ ਕੇ ਆਂਡਾ ਪਾ ਰੱਖ ਦਿੱਤਾ ਤਾਂ ਅੰਮਲੇਟ ਬਣ ਗਿਆ ਉਹ ਵੀਡੀਓ ਜ਼ਾਰ ਹੈ ਜੇ ਲੋਕਾਂ ਨੂੰ ਪਤਾ ਲੋਕਾਂ ਨੂੰ ਇਨੀ ਤਪਸ਼ਾ ਕੀਆ ਉਹਨੇ ਉਹ ਅੰਮਲੇਟ ਬਣਾ ਕੇ ਕੱਢ ਕੇ ਉਹਨੂੰ ਕਿਹਾ ਖਾਓ ਇਹਨਾਂ ਦੀ ਤਪਸ਼ਾ ਕੀ ਜੇ ਤੁਸੀਂ ਨੰਗੇ ਪੈਰ ਚੱਲੋਗੇ ਬੁਰਾਲ ਹੋ ਜਾਊਗਾ ਜਿਹੜੇ ਡੌਗ ਹੈ ਨਾ ਇਹ ਤਾਂ ਚੱਲਦੇ ਆ ਤੇ ਪੈਰ ਤਾਂ ਚੁੱਕਦੇ ਆ ਤੁਸੀਂ ਕਿਉਂਕਿ ਉਹਨਾਂ ਨੇ ਵਿਚਾਰੇ ਜਰਾਬਾਂ ਤਾਂ ਪਾਈਆਂ ਨਹੀਂ ਜਾਂ ਜੁੱਤੀ ਨਹੀਂ ਪਾਈ ਸਾਡਾ ਡੌਗ ਸੀਗਾ ਉੱਪਰ ਗਿਆ ਬਰੂਨੋ ਦਾ ਨਾਮ ਹੈਗਾ ਉੱਪਰ ਗਿਆ ਸੀ ਲੈ ਕੇ ਗਿਆ ਮੈਂ ਤੇ ਉਹ ਜਦੋਂ ਘੁੰਮਿਆਂ ਪੌੜੀਆਂ ਚੜਿਆ ਨਾ ਤ ਉਹਨੂੰ ਥੱਲੇ ਪੈਰ ਸੜੇ ਨਾ ਤੇ ਪੈਰ ਸੜਨ ਤੋਂ ਬਾਅਦ ਇੱਕਦਮ ਸਿਆਣੇ ਬਾਤ ਹੁੰਦੇ ਥੱਲੇ ਨੂੰ ਭੱਜਿਆ ਮੈਂ ਕਿਹਾ ਇਹਨੂੰ ਲੱਗੇ ਆ ਹੁਣ ਜਿਹੜੀ ਧੁਪਾ ਦਾ ਤਪਸ਼ੰਦਰ ਦੀ ਥੱਲੇ ਹੁੰਦੀ ਹੈਗੀ ਆ ਕਿਉਂਕਿ ਕੁਦਰਤ ਜਿਹੜੀ ਇਹਨਾਂ ਨੂੰ ਦੱਸ ਦਿੰਦੀ ਹੈ ਸਾਰੇ ਜੀ ਔਰ ਜਾਨਵਰਾਂ ਨੂੰ ਵੀ ਜਿਹੜੇ ਆਲ ਨੇ ਬਣਾ ਲੈਂਦੇ ਆ ਵੇਖੋ ਕਿ ਵੇਲੇ ਹਵਾਦਾਰ ਆਲ ਨੇ ਹੈਗੇ ਬਿਜੜ ਉਸ ਤਰ੍ਹਾਂ ਦੀ ਚੀਜ਼ ਨਹੀਂ ਬਣਾਇਆ ਜਾਂਦਾ ਗੁੱਗੀ ਦਾਲਣਾ ਹੈਨਾ ਜਿਹੜਾ ਕਾਂ ਦਾ ਜਿਹੜਾ ਆਲਣਾ ਆਪਣਾ ਦਾ ਕੋਇਲ ਆਪਣੇ ਬੱਚੇ ਉੱਥੇ ਪੈਦਾ ਕਰਕੇ ਉੱਥੇ ਵੱਡੇ ਕਰਦੀ ਹੈ ਇਸ ਤਰ੍ਹਾਂ ਦੇ ਇਲ ਦਾਲਣਾ ਬਹੁਤ ਦੂਰ ਤੱਕ ਹੁੰਦਾ ਉਹ ਦੂਰ ਤੱਕ ਕੰਡੀ ਦਿੰਦੀ ਇਹ ਇਹ ਪੰਛੀਆਂ ਨੂੰ ਬਹੁਤ ਕੁਝ ਸਿਖਾਇਆ ਗਿਆ ਤੇ ਬੰਦੇ ਨੂੰ ਕਿਉਂ ਨਹੀਂ ਸਿਖਾਉਣਾ ਚਾਹੀਦਾ ਬੰਦੇ ਨੇ ਕੁਦਰਤ ਨਾਲ ਖਲਵਾੜ ਕਰਕੇ ਰੁਕ ਕੱਢ ਦਿੱਤੇ ਹੈਗੇ ਉਹਦੇ ਚ ਜਿਹੜੀਆਂ ਟਾਲੀਆਂ ਬੋੜ ਪਿੱਪਲ ਨਿਮਾ ਤੂਤ ਤੂਤਾਲਾ ਕਹੋ ਜਿਹਨੇ ਸੁਣਦੇ ਸੀਗੇ ਉਹ ਦੇਖ ਲੋ ਸੀਗਾ ਇੱਕ ਗੀਤ ਸੀਗਾ ਉਹ ਗੀਤ ਸੀਗਾ ਆ ਕਿ ਤੂੰ ਤਾਂ ਹਟ ਕੱਟ ਲੈ ਦੁਪਹਿਰ ਨਹੀਂ ਰੁਖ ਲੈ ਤੇਰੇ ਵਾਸਤੇ ਪੱਖ ਲਾਉਂਦੇ ਧਰਤੀ ਨੂੰ ਜੇਠ ਦਾ ਮਹੀਨਾ ਨਹੀਂ ਅੱਗ ਦੇ ਪੰਭਾਕੇ ਪਈਆਂ ਛੱਡਣ ਜਮੀਨਾਂ ਨਹੀਂ ਹੈਨਾ ਧੁੱਪ ਕੜਕਦੀ ਤੇ ਪੰਛੀ ਜਾਂਦੇ ਠਹਿਰ ਨਹੀਂ ਰੁਖ ਲੈ ਤੇਰੇ ਵਾਸਤੇ ਆ ਕਿ ਤੂੰ ਤਾਂ ਹਟ ਕੱਟ ਲੈ ਦੁਪਹਿਰ ਨਹੀਂ ਇਹ ਦੇਖੋ ਕਿੰਨਾ ਅੱਛਾ ਗੀਤ ਹੈਗਾ ਉਸ ਗਰਮੀ ਨੂੰ ਜਿਹੜਾ ਗਰਮੀ ਨੂੰ ਦੱਸਿਆਗਾ ਕਿ ਇਸ ਤਰ੍ਹਾਂ ਦੀ ਗਰਮੀ ਹੈ ਪੰਛੀ ਕਿੱਧਰ ਨੂੰ ਜਾ ਰਹੇ ਆ ਬੰਦਾ ਔਰਤ ਨੂੰ ਕਹਿ ਰਿਹਾ ਕਿ ਤੂੰ ਜਦੋਂ ਧੁੱਪ ਲੱਗੀ ਤੂੰ ਤਾਂ ਦੇ ਜਿਹੜੇ ਸ਼ਾਮਾਂ ਉਹ ਮਾਰ ਲੈ ਤੂੰ ਤਾਂ ਸ਼ਾਮ ਬਹੁਤ ਠੰਡੀ ਹੁੰਦੀ ਔਰ ਉਸੇ ਦਾ 베ਰੀਆਂ ਵਾਲੇ ਕੁਤੂਤਾਂ ਵਾਲੇ ਕੁ ਕਿਧਰ ਗਏ ਸਾਡੇ ਇਸੇ ਕਰਕੇ ਅਸੀਂ ਕੁਦਰਤ ਨਾਲ ਖਲਵਾੜ ਕਰਕੇ ਆਪਣੇ ਆਪ ਨਾਲ ਹੀ ਸਾਰਾ ਕੁਝ ਆਪਣੇ ਪੈਰਾਂ ਦੇ ਕੁਹਾੜੀ ਮਾਰ ਲਏ ਪਿਪਲਾਂ ਤੇ ਬੋੜਾਂ ਦੀ ਸ਼ਾਵਾਂ ਨੂੰ ਅਸੀਂ ਖਾ ਗਏ ਉਹਦੇ ਥੱਲੇ ਬੈਂਦੇ ਨਹੀਂ ਹਗੇ ਪਸ਼ੂ ਜਿਹੜੇ ਵਿਚਾਰੇ ਉਹਨਾਂ ਦੀ ਖੁਰਲੀਆਂ ਪਛੂਆਂ ਦੀਆਂ ਡੰਗਰਾਂ ਦੀਆਂ ਪਛੂਆਂ ਦੀ ਜਿਹੜੀ ਖੁਰਲੀਆਂ ਉਹ ਬੋੜਾਂ ਥੱਲੇ ਹੁੰਦੀਆਂ ਸੀ ਖੁਦ ਅਸੀਂ ਵੇਖੇ ਆ ਗਏ ਉੱਥੇ ਪੱਠੇ ਖਾਂਦੇ ਸੀ ਉੱਥੇ ਰਹਿੰਦੇ ਸੀਗੇ ਹੁਣ ਅਸੀਂ ਉਹ ਕੱਟ ਦਿੱਤੇ ਆ ਅਸੀਂ ਦੇਖੋ 200 ਰੁਪਏ ਦਾ ਰੁੱਖ ਨਹੀਂ ਲਾਵਾਂਗੇ ਗੱਲ ਗੌਰ ਫਰਮਾਉਣ ਵਾਲੀ 200 ਰੁਪਏ ਦਾ ਰੁੱਖ ਲੇਉਗਾ 2 ਲੱਖ ਦਾ ਕਾਲੀ ਪੰਜਾਬ ਹਰਦਾਉਂਦਾ ਵੱਡਾ AC ਦੇ ਲੋਕ ਤੇ 2 ਲੱਖ ਦਾ ਹੀ ਆਊਗਾ ਅਸੀਂ 200 ਰੁਪਏ ਦਾ ਰੁੱਖ ਨਹੀਂ ਲਾ ਸਕਦੇ ਰੁੱਖਾਂ ਤੋਂ ਅਸੀਂ ਗਵਾਰ ਆ ਪਸ਼ੂਆਂ ਉਹਨੂੰ ਲਾਉਂਦੇ ਆ ਵਨ ਮਾਤਸਬ ਤੇ ਪਾਣੀ ਉਹਨਾਂ ਦੇ ਕਿਨੇ ਪਾਣਾ ਕਿਹੜੇ ਭਦਰਪੁਰਸ਼ ਨੂੰ ਪਾਣਾ ਲਾ ਕੇ ਫੋਟੋ ਖਿਜਵਾਲੀ ਭੱਜ ਗਈ ਸਾਡੀ ਨਾ ਜ਼ਿੰਦਗੀ ਦਾ ਜੀਵਨ ਸ਼ੈਲੀ ਦਾ ਹਿੱਸਾ ਨਹੀਂ ਰਹਿ ਗਏ ਰੁੱਖ ਇਸ ਕਰਕੇ ਅਸੀਂ ਬਸ ਫੋਟੋਆਂ ਤੱਕ ਹੀ ਰਹਿ ਗਏ ਆ ਆ ਜਿਹੜੀ ਤੁਸੀਂ ਦੱਸੀ ਹੈ ਨਾ ਆਮਲੇਟ ਬਣਾਉਣ ਵਾਲੀ ਗੱਲ ਕਿ ਫਰਸ਼ ਦੇ ਉੱਤੇ ਇੰਨੀ ਗਰਮੀ ਤਾਂ ਇਹ ਤਾਂ ਕਿਸੇ ਵੇਲੇ ਸੁਣਦੇ ਸੀ ਰੇਗਿਸਤਾਨ ਦੇ ਵਿੱਚ ਉੱਥੇ ਪੱਥਰਾਂ ਦੇ ਉੱਤੇ ਰੋਟੀ ਬਣਾ ਲੈਂਦੇ ਕਿਉਂਕਿ ਪੱਥਰ ਇੰਨਾ ਸਟੇਕ ਮਾਰਦੇ ਹੁੰਦੇ ਹੁਣ ਜੇ ਪੰਜਾਬ ਵਿੱਚ ਵੀ ਇਹ ਹਾਲਤ ਹੋ ਗਈ ਤੇ ਪਾਣੀ ਦੀ ਦੁਰਵਰਤੋਂ ਅਸੀਂ ਕਰੀ ਜਾਂਦੇ ਆ ਪਾਣੀ ਵੇਸਟ ਕਰੀ ਜਾਂਦੇ ਆ ਇੱਕ ਸਾਡੇ ਕੋਲ ਮੋਟਰ ਲੱਗੀ ਹੋਈ ਐ ਸਵਿਚ ਔਨ ਕਰ ਦਿੰਨੇ ਆ ਤੇ ਪਾਣੀ ਜਿਹੜਾ ਥੱਲੋਂ ਜ਼ਮੀਨ ਤੋਂ ਆਈ ਜਾਂਦਾ ਹੁਣ ਜਿਹੜੀ ਐ ਥੱਲੇ ਟੈਂਕੀ ਹੈਗੀ ਅਜੇ ਚ ਕੁਦਰਤ ਨੇ ਪਾਣੀ ਭਰਿਆ ਜੇ ਟੈਂਕੀ ਖਾਲੀ ਹੋ ਗਈ ਫੇਰ ਜੇ ਦਬੋਗੇ ਤੇ ਕੋਈ ਨਹੀਂ ਨਿਕਲਣਾ ਵਿੱਚੋਂ ਹੋ ਰਿਹਾ ਪਾਣੀ ਪਾਣੀ ਦੀ ਕਿਲਤ ਆ ਜਾਊਗੀ ਕਿਲਤ ਨਹੀਂ ਸਾਰੇ ਲੋਕਾਂ ਦੀ ਇੱਕ ਨਾਰਾ ਬੜਾ ਅੱਛਾ ਸੀ ਕਿ ਵੀ ਇੱਕ ਰੁੱਖ ਤੇ 100 ਸੁੱਖ ਕਿੰਨੇ ਸੁੱਖ ਦਿੰਦਾ ਤੁਹਾਨੂੰ ਕਾਰਬਨ ਆਪ ਲੈਂਦਾ ਆਕਸੀਜਨ ਤੁਹਾਨੂੰ ਦੇ ਰਿਹਾ ਤੇ ਇਹਦੇ ਕਰਕੇ ਬੋਰਡ ਪਪਲ ਹੁੰਦੇ ਸੀ ਸਭ ਤੋਂ ਵੱਧ ਇਹ ਦਿੰਦੇ ਆ ਤੁਹਾਨੂੰ ਆਕਸੀਜਨ ਜੀਣ ਲਈ ਹਣਾ ਵਾਸ਼ਪੀਕਰਨ ਗਾਏ ਪੱਤਿਆਂ ਚ ਜਿਹੜਾ ਇਹਨਾਂ ਚ ਪਾਣੀ ਜਮਾ ਕਰਕੇ ਉੱਡਦਾ ਵਾ ਉਹਦੇ ਬੱਦਲ ਬਣਦੇ ਆ ਪਾਣੀ ਵਾਸ਼ਪੀਕਰਨ ਜਿਹੜਾ ਹੁੰਦਾ ਨਾ ਉਹ ਪਾਣੀ ਉੱਡਦਾ ਇਹਨਾਂ ਚ ਕਲੋਰੋਫਿਲ ਹੁੰਦਾ ਜਿਹੜਾ ਹਰੇ ਪੱਤੇ ਹੁੰਦੇ ਆ ਇਹਨਾਂ ਚ ਇਨੀ ਕੁਦਰਤ ਆ ਇੱਕ ਹੋਰ ਵੀ ਆ ਬਹੁਤ ਸਿਆਣੇ ਵਿਗਿਆਨੀ ਕਹਿੰਦੇ ਜਦੋਂ ਹਵਾ ਆਉਂਦੀ ਆ ਇਹ ਹਿੱਲਦੇ ਆ ਹਿੱਲਦੇ ਆ ਪੂਰੇ ਪੱਤੇ ਇਹਦੇ ਤੇ ਟਾਹਣੀ ਹਿੱਲਦੀਆਂ ਇਹ ਆ ਕੇ ਆਂਦੇ ਪੀ ਦਰਾਓ ਆ ਸਾਡੇ ਨਾਲ ਮਿਲੋ ਸਾਨੂੰ ਮਿਲ ਕੇ ਜੱਫੀ ਪਾਓ ਸਾਡੇ ਨਾਲ ਠੰਡ ਸਾਡੇ ਨਾਲ ਠੰਡ ਲਾਓ ਸ਼ਿਮ ਪਟਾਲਵੀ ਨੇ ਬੜਾ ਸੁਣਾ ਦੇਖਿਆ ਨਾ ਉੱਖਾਂ ਉੱਤੇ ਕੁਝ ਰੁਖ ਮੈਨੂੰ ਬੁੱਤ ਲੱਗਦੇ ਕੁਝ ਬਾਗ ਲੱਗਦੇ ਮਾਵਾ ਆਹ ਨਾ ਕੋਈ ਬਾਪੂ ਲੱਗਦੇ ਕੋਈ ਤਾਇਆ ਫੁੱਫੜ ਸਾਰੇ ਰਿਸ਼ਤੇਦਾਰੀਆ ਚਾਹਾਂ ਮੰਖੜਾਵਾ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾ ਇਹ ਆ ਮਾਮਾ ਸਾਰੇ ਹੀ ਰਿਸ਼ਤੇਦਾਰੀਆਂ ਉਹ ਰੁੱਖਾਂ ਵਾਲੀ ਫੁੱਫੜ ਵੀ ਭੂਆ ਵੀ ਚਾਚੇ ਤਾਇਏ ਸਾਰੇ ਰੁੱਖ ਦੇ ਰੁੱਖੀ ਦਿਖਾਦੇ ਆ ਠੰਡੀਆਂ ਛਾਵਾਂ ਤੇ ਲੱਗਦੀਆਂ ਆ ਨਾ ਬਹੁਤ ਬੜੀਆਂ ਗੂੜੀਆਂ ਛਾਵਾਂ ਕੁਦਰਤ ਹੈ ਜੀ ਆ ਹੁਣ ਦੇਖੋ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਫਤ ਨਹਿਰੀ ਪਾਣੀ ਦੇਣ ਦੀ ਜਿਹੜੀ ਸਹੂਲਤ ਹੈ ਉਹ ਹੁਣ ਖੋਣ ਦੀ ਤਿਆਰੀ ਚੱਲਦੀ ਪਈ ਹੈ ਹੁਣ ਇਹਦੇ ਪਿੱਛੇ ਪਾਣੀ ਦੀ ਕਮੀ ਹੈ ਇਹ ਕੋਈ ਹੋਰ ਰਾਜਸੀ ਕਾਰਨਾ ਜਾਂ ਸਿਆਸੀ ਕਾਰਨਾ ਹੈ ਇਹ ਨਹੀਂ ਪਤਾ ਪਰ ਕਿਸਾਨ ਦੁਖੀ ਜ਼ਰੂਰ ਹੋਣਗੇ ਕਿਉਂਕਿ ਪਾਣੀ ਦੀ ਕਮੀ ਹੈ ਤੇ ਹੁਣ ਜੇ ਨਹਿਰੀ ਪਾਣੀ ਵੀ ਨਾ ਮਿਲਿਆ ਤਾਂ ਫਸਲਾਂ ਕਿਵੇਂ ਹੋਣਗੀਆਂ ਇਹ ਮਸਲਾ ਬੜਾ ਹੈਗਾ ਪਿਛਲੇ ਪ੍ਰੋਗਰਾਮ ਵਿੱਚ ਆਪਾਂ ਡਿਸਕਸ ਕੀਤਾ ਸੀ ਤੁਸੀਂ ਵੈਸੇ ਇੱਕ ਮਸਲੇ 'ਚੋਂ ਮਸਲਾ ਕੱਢਦੇ ਅੱਛੀ ਗੱਲ ਆ ਉਹ ਇਹ ਹੈਗਾ ਕਿ ਜਿਹੜਾ ਪਾਣੀ ਦੀ ਇਸ ਵੇਲੇ ਨਹਿਰੀ ਪਾਣੀ ਸੀ ਨਾ ਉਹ ਮੁਫਤ ਪਾਣੀ ਮਿਲਦਾ ਸੀ ਮਾਮਲਾ ਛੋਟਾ ਮੋਟਾ ਹੁੰਦਾ ਸੀਗਾ ਹੋਰ ਕੋਈ ਨਹੀਂ ਇਹਨਾਂ ਪਿਛਲੇ 10 ਸਾਲ ਦਾ ਮਾਮਲਾ ਕੱਢ ਕੇ ਪੈਸਾ ਜਿਹੜਾ ਸੈਸ ਜਿਹੜਾ ਟੈਕਸ ਹੈਗਾ ਉਹ ਕਿਸਾਨਾਂ ਨੂੰ ਦੇ ਦਿੱਤਾ ਵੀ ਆ ਪੈਸਾ ਸਾਨੂੰ ਦਿਓ ਪੰਜਾਬ ਗਵਰਨਮੈਂਟ ਨੂੰ ਆਪ ਦਾ ਕਰਜ਼ਾ ਲੈਂਦੀ ਹੈ ਕਿਸਾਨਾਂ ਨੂੰ ਕਰਜ਼ਾਈ ਕਰੂਗੀ ਔਰ ਇਹਦੇ ਵਿੱਚ ਇਹਨਾਂ ਨੇ ਬਹੁਤ ਨਹਿਰੀ ਪਟਵਾਰੀ ਜਿਹੜੇ ਸਸਪੈਂਡ ਕਰਦੇ ਸੀ ਕਿ ਤੁਸੀਂ ਇਹ ਲੇਖੋ ਕਿ ਸਾਰੇ ਲੋਕ ਪਾਣੀ ਨਹਿਰ ਦਾ ਵਰਤ ਰਹੇ ਉਹ ਕਹਿੰਦੇ ਅਸੀਂ ਕਿਦਾਂ ਲਿਖਦੀ ਕਸੀਆਂ ਸੂਏ ਨਹਿਰਾ ਮੋਗੇ ਖਾਲ ਇਸ ਕਰਕੇ ਅਸੀਂ ਖੇਤੀ ਬੜੀ ਕਦ ਕੀਤੀ ਹੈ ਨਹਿਰਾ ਖੂਏ ਕਸੀਆਂ ਜਿਹੜੇ ਹੈਗੇ ਆ ਇਹਦੇ ਵਿੱਚ ਨਹਿਰਾਂ ਦਾ ਪਾਣੀ ਨੂੰ ਸੁਭਰਾਉਂ ਬ੍ਰਾਂਚ ਆਂਦੇ ਰਈਏ ਤੋਂ ਜਿਹੜੀ ਇਧਰ ਨੂੰ ਜਾਂਦੀ ਆ ਦਰਿਆਵਾਂ ਚੋਂ ਨਹਿਰਾਂ ਨਿਕਲਦੀਆਂ ਉਹਦੇ ਵਿੱਚ ਸੂਏ ਨੇ ਕਹਦੇ ਆ ਉਹ ਫਿਰ ਖੇਤੀਬਾੜੀ ਨੂੰ ਖੇਤੀ ਨੂੰ ਸਿੰਜਦੇ ਸੀ ਪਹਿਲਾਂ ਪਤਾ ਕੀ ਸੀ ਜਿਹੜੇ ਨਹਿਰਾਂ ਤੇ ਦੇ ਨਾਲ ਨਾਲ ਸੀਗੇ ਖੂਹ ਖੂਹ ਦੀ ਤੇ ਹਲਟੀਆਂ ਚੱਲਦੀਆਂ ਸੀ ਉਹਨਾਂ ਦੇ ਛੋਟੇ ਛੋਟੇ ਕਿਆਰੇ ਹੁੰਦੇ ਸੀ ਉਹਨਾਂ 'ਚ ਸਬਜ਼ੀ ਲਾਈ ਜਾਂਦੀ ਸੀ ਫਿਰ ਜਦੋਂ ਨਹਿਰੀ ਪਾਣੀ ਆ ਗਿਆ ਫਿਰ ਵੱਡੇ ਕਿਆਰੇ ਹੋ ਗਏ ਪਾਣੀ ਦੇ ਜ਼ਿਆਦਾ ਹੋ ਗਏ ਫਿਰ ਮਾਮਲਾ ਲੈਂਦੇ ਸੀ ਹੋਰ ਕੁਝ ਨਹੀਂ ਪ੍ਰਤਾਪ ਸਿੰਘ ਕਹਿ ਰਹੇ ਨੇ ਵੇਲੇ ਸਾਰੇ ਉਹਨਾਂ ਨੇ ਖੇਤੀਬਾੜੀ ਜਿਹੜੀ ਹੈ ਜਿਹੜੀ ਨਹਿਰੀ ਜ਼ਮੀਨ ਉਹ ਮਹਿੰਗੀ ਵੇਖਦੀ ਹੈ ਜੇ ਵੀ ਪਾਣੀ ਉੱਥੇ ਫ੍ਰੀ ਮਿਲਦਾ ਸਾਰੇ ਦਾ ਸਾਰਾ ਐ ਸਰਕਾਰ ਨੇ ਤਾਂ ਨਾ ਝੁਗਾ ਚੌੜ ਕਰਤਾ ਕਿਸਾਨਾਂ ਦਾ ਇਸ ਕਰਕੇ ਕਰਤਾ ਕਿ ਇਹਨਾਂ ਨੇ ਉਹਨਾਂ ਨੂੰ ਟੈ ਉਹਨਾਂ ਨੂੰ ਕਹਤਾ ਦਾ ਕਿ 100% ਦੋ ਕਿ ਨਹਿਰੀ ਪਾਣੀ ਨਾ ਪੰਜਾਬ ਦੀ ਖੇਤੀ ਸਿੰਜੀ ਜਾਂਦੀ ਹੈ ਉਹਨਾਂ ਕਿਸਾਨਾਂ ਨੂੰ ਕਹਤਾ ਪਟਵਾਰੀਆਂ ਨੇ ਕਿਹ ਜੀ ਪਟਵਾਰੀਆਂ ਨੇ ਕਹਤਾ ਸੀ ਕਿਦਾਂ ਲਿਖਾਂਗੇ ਉਹਨਾਂ ਨੂੰ ਇਹਨਾਂ ਨੇ ਬਹੁਤ ਪਟਵਾਰੀਆਂ ਨੂੰ ਸਸਪੈਂਡ ਕਰਤਾ ਹੈ ਇਸ ਲਈ ਹਗਾਮਾ ਹੋ ਗਿਆ ਪੂਰਾ ਪੰਜਾਬ ਵਿੱਚ ਪੰਜਾਬ ਇਸ ਅੰਦੋਲਨ ਵੱਲ ਵੀ ਵੱਧ ਸਕਦੇ ਆ ਜਦੋਂ ਕਿ ਦਿੱਲੀ ਦਾ ਅੰਦੋਲਨ ਇਹਨਾਂ ਤੋਂ ਅਜੇ ਉਦੋਂ ਤੱਕ ਨਹੀਂ ਸੰਭਾਲਿਆ ਗਿਆ ਨਹੀਂ ਇਹਨਾਂ ਨੇ ਕੁਝ ਦਿੱਤਾ ਪੰਜਾਬ ਸਰਕਾਰ ਵੀ ਜਿਦਾਂ ਲੱਗਦੀ ਹੈ ਵੀ ਕੇਂਦਰ ਸਰਕਾਰ ਨਾਲ ਲੱਗ ਗਈ ਹੈ ਵੀ ਔਰ ਕਿਸਾਨ ਐਸਣ ਇਹਨਾਂ ਨੇ ਦੁਖੀ ਨੇ ਹੁਣ ਚੋ ਨਾ ਆ ਰਿਹਾ ਜੋਨੇ ਦੀ ਫਸਲ ਆ ਰਹੀ ਹੈ ਪਣੀ ਦੀ ਹਾਲਾਤੀ ਲੋਕਾਂ ਨੇ ਹੁਣ ਜਦੋਂ ਇਲੈਕਸ਼ਨ ਲੱਗੇ ਆ ਇਲੈਕਸ਼ਨ ਦੇ ਮਨਾਰ ਨਾਲ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਔਰ ਇੰਨੀ ਗਰਮੀ ਦੇ ਜਦੋਂ ਝੋਨਾ ਲੱਗਣਾ ਤੇ ਪਾਣੀ ਕਿੱਥੋਂ ਆਊਗਾ ਤੇੜਾ ਪੈ ਜਾਣਗੇ ਝੋਨਾ ਸੁੱਕ ਜਾਊਗਾ ਝੋਨਾ ਵੀ ਮੱਚੀ ਉਹ ਜਿਹੜਾ ਪਾਣੀ ਦਾ ਹੀ ਜੀਵ ਹੈਗਾ ਪਾਣੀ ਨਾਲ ਹੀ ਪਾਲੂਗਾ ਪਾਣੀ ਤੋਂ ਬਿਨਾਂ ਪਾਲ ਨਹੀਂ ਸਕਦਾਗਾ ਵਰੋਧ ਦੇ ਵਿੱਚ ਕੀ ਫਿਰ ਲਾਓਗੇ 60% ਦਾ ਅਸੀਂ ਕੰਟਰੀਬਿਊਟ ਕਰ ਰਹੇ ਹਾਂ ਸੈਂਟਰ ਗਵਰਨਮੈਂਟ ਨੂੰ ਸਾਰੇ ਦੇਸ਼ ਨੁਕਸਾਨ ਆ ਰਹੇ ਹਨ ਔਰ ਇਹ ਬਹੁਤ ਵੱਡੀ ਗਲਤੀ ਹੈ ਕਿ ਇਸ ਗਲਤੀ ਨੂੰ ਭੁਗਤਣਾ ਪਊਗਾ ਪੰਜਾਬ ਸਰਕਾਰ ਨੂੰ ਜਦੋਂ ਕਿਸਾਨ ਉੱਠ ਖਲੋਤੇ ਫਿਰ ਮੋਢੇ ਤੇ ਡਾਂਗਾ ਲਾ ਕੇ ਫਿਰ ਮੁਸ਼ਕਲ ਹੋ ਜੂਗਾ ਨਾਲ ਹੀ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਇਹ ਕਰ ਦੇਣਾ ਚਾਹੀਦਾ ਸੀਗਾ ਕਿ ਜ਼ਮੀਨ ਚ ਪਾਣੀ ਨਾ ਕੱਢਣ ਇਹਨਾਂ ਨੇ ਬਿਜਲੀ ਦਿੱਤੀ ਫ੍ਰੀ ਬਿਜਲੀ ਦਾ ਜਿਹੜਾ ਮੋਟਰਾਂ ਚੱਲਦੀਆਂ ਉਦਾਂ ਹੀ ਜਿਹੜੀ ਤੁਸੀਂ ਇਹ ਗੱਲ ਕੀਤੀ ਸੀ ਉਹ ਟੈਂਕੀ ਜਿਹੜੀ ਜ਼ਮੀਨ ਵਾਲੀ ਉਹ ਖਾਲੀ ਹੋ ਜਾਣੀ ਹੈ ਔਰ ਸੁੱਕ ਗਿਆ ਪਾਣੀ ਤੇ ਨਾ ਥੱਲੇ ਦਾ ਪਾਣੀ ਤੇ ਆ ਨ ਉੱਤੇ ਦਾ કંગાલી કંગાલીના મરદા ਇਹ ਸਾਰੀ ਗੱਲ ਜਿਹੜੀ ਹੈਗੀ ਨੌਬਤ ਆਉਣ ਵਾਲੀ ਦੇਖੋ ਨਾ ਨਿਯਮ ਬਣਦੇ ਨੇ ਨਿਯਮ ਲੋਕਾਂ ਵਾਸਤੇ ਹੁੰਦੇ ਨੇ ਲੋਕ ਥੋੜਾ ਨਿਯਮ ਵਾਸਤੇ ਹੁੰਦੇ ਨੇ ਕਿ ਨਿਯਮ ਪਾਲਣ ਕਰਨਾ ਜ਼ਰੂਰੀ ਭਾਵੇਂ ਲੋਕੀ ਮਰ ਜਾਣ ਐਦਾਂ ਥੋੜਾ ਹੁੰਦਾ ਹੈ ਇੱਕ ਡਿਸਪਲਨ ਹੈ ਚਲੋ ਨਿਯਮ ਬਣ ਗਿਆ ਉਸ ਤੋਂ ਬਾਅਦ ਜੇ ਲੋੜ ਦੇ ਮੁਤਾਬਿਕ ਨਿਯਮ ਬਦਲਣਾ ਪੈ ਵੀ ਗਿਆ ਤਾਂ ਬਦਲ ਦੇਣਾ ਚਾਹੀਦਾ ਤੁਸੀਂ ਪ੍ਰਤਾਪ ਸਿੰਘ ਕੈਰੋਹਰਾਂ ਦੀ ਗੱਲ ਕੀਤੀ ਸਾਰੇ ਉਹਨਾਂ ਦੀ ਤਾਰੀਫ਼ ਕਰਦੇ ਨੇ ਕਿ ਇੱਕ ਵੰਡਰਫੁਲ ਸਾਡੇ ਚੀਫ ਮਿਨਿਸਟਰ ਰਹੇ ਨੇ ਪੰਜਾਬ ਦੇ ਬੜੇ ਸਿਆਣੇ ਔਰ ਉਸ ਵੇਲੇ ਪੰਜਾਬ ਨੇ ਤਰੱਕੀ ਬੜੀ ਕੀਤੀ ਬੜੇ بڑے ਲਿਖੇ ਹੁਣ ਉਹਨਾਂ ਦੇ ਪਰਿਵਾਰ ਚੋਂ ਪੋਤਾ ਉਹਨਾਂ ਦਾ ਅਕਾਲੀ ਦਲ ਚੋਂ ਉਹਨਾਂ ਨੂੰ ਕੱਢ ਦਿੱਤਾ ਦੇਖ ਲਓ ਹੁਣ ਦੇਖੋ ਹੁਣ ਇਹ ਵੀ ਸਿਆਸਤ ਹੈ ਦਾਦਾ ਜੀ ਕਾਮਯਾਬ ਸੀਐਮ ਤੇ ਪੋਤਾ ਦਲ ਤੋਂ ਹੀ ਬਾਹਰ ਹੋ ਗਿਆ ਅਸਲ 'ਚ ਇਹਨਾਂ ਦੀ ਜਿਸਕਬੀਰ ਬਾਦਲ ਦੀ ਭੈਣ ਹੈਗੀ ਆ ਵੱਡੀ ਉਹ ਇੱਥੇ ਇਹਨਾਂ ਨਾਲ ਮੈਰਿਡ ਹੈਗੀ ਆ ਇਹਨਾਂ ਦੇ ਸਨਨ ਲਾ ਲੈ ਔਰ ਦੇਖੋ ਬਾਦਲ ਸਾਹਿਬ ਦੇ ਟਾਈਮ ਤੇ ਇਹਨਾਂ ਦਾ ਬਹੁਤ ਵੱਡਾ ਰਤਬਾ ਪਿਆਰ ਸੀਗਾ ਇਹਨਾਂ ਨੂੰ ਇਹ ਮੰਤਰੀ ਵੀ ਰਹਿ ਚੁੱਕੇ ਬਾਦਲ ਸਰਕਾਰ ਦੇ ਵਿੱਚ ਔਰ ਇਹਨਾਂ ਵੱਡਾ ਰੁਤਬਾ ਹੈਗਾ ਇਹਨਾਂ ਦੇ ਪਿੰਡ ਕੈਰੋਵਾਂ ਇਹਨਾਂ ਨੇ ਆਪਣੇ ਪਿੰਡ ਦੇ ਨਾਂ ਤੇ ਰੱਖੇ ਜਿੱਦਾ ਬਾਦਲ ਸਾਹਿਬ ਨੇ ਬਾਦਲ ਰੱਖਿਆ ਸੀ ਬਾਦਲ ਸਿੰਘ ਬਾਦਲਾ ਹੈਗੇ ਉਹ ਢਿੱਲੋ ਫੈਮਿਲੀ ਆ ਇਹ ਵੀ ਢਿੱਲੋ ਫੈਮਿਲੀ ਪਰੇ ਕੈਰੋ ਨਾਂ ਦੇ ਨਾਲ ਜਾਣੇ ਜਾਂਦੇ ਆ ਔਰ ਇਹਨਾਂ ਦਾ ਨਾਂ ਇੰਨਾ ਵੱਡਾ ਸੀ ਪੰਜਾਬ ਦੇ ਵਿੱਚ ਔਰ ਲੋਕ ਇਹਨਾਂ ਦੇ ਬੇਟੇ ਗੁਰਿੰਦਰ ਕੈਰੋ ਸੁਰਿੰਦਰ ਕੈਰੋ ਬਹੁਤ ਵੱਡੇ ਸੀਗੇ ਔਰ ਇਹਨਾਂ ਨੇ ਪੰਜਾਬ ਨੂੰ ਐਸਾ ਤਾਣਾ ਬਾਣਾ ਬਣਾਇਆ ਸੀਗਾ ਕਿ ਪੰਜਾਬ ਦੇ ਨਾਲੀਆਂ ਖਾਲ ਸੂਏ ਪੋੜ ਸੜਕਾਂ ਜਿਹੜੇ ਟ੍ਰੇਨ ਦੇ ਟਰੈਕ ਆ ਔਰ ਪੰਜਾਬ ਦੇ ਸਿਨੇਮੇ ਐਂਟਰਟੇਨਮੈਂਟ ਵੀ ਇਹਨਾਂ ਨੇ ਬਹੁਤ ਦਿੱਤਾ ਲੋਕਾਂ ਨੂੰ ਔਰ ਪੰਜਾਬ ਦੀ ਖੇਤੀਬਾੜੀ ਹਰੀ ਕ੍ਰਾਂਤੀ ਕਿੰਨੀ ਵਾਰੀ ਆਈ ਹੈ ਪੰਜਾਬ ਦਾ ਚਿੱਟਾ ਖਲਾਬੇ ਇਹਨਾਂ ਦੀ ਬਦੌਲਤ ਆਇਆ ਔਰ ਇਹ ਬੜੇ ਸੋਚਵਾਨ ਬਹੁਤ ਵਧੀਆ ਸੀਗੇ ਇਹਨਾਂ ਨੂੰ ਕਿਸੇ ਨੇ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੇ ਵੀ ਗਰੋਂ ਸਾਹਿਬ ਕਿੰਨੀ ਦੇਰ ਤੁਸੀਂ ਰਹੋਗੇ ਦੋ ਤਿੰਨ ਟਰਮ ਰਹਿਏ ਉਹ ਕਹਿੰਦੇ ਜੱਟ ਤਾਂ ਸਵਾਗਤ ਤੇ ਚੜਿਆ ਮਾਨ ਨਹੀਂ ਹੁੰਦਾ ਮੈਂ ਗੱਡੀ ਤੇ ਬੈਠਾ ਮੈਂ ਕਿੱਦਾਂ ਨਿਕਲ ਜਾਊਗਾ ਔਰ ਬਹੁਤ ਵਧੀਆ ਖੁੱਲਾ ਦਾੜਾ سینਾ ਦਾ ਬਹੁਤ ਦੇਸੇ ਇਹਨਾਂ ਨੂੰ ਸੁੱਚਾ ਸਿੰਘ ਵਰਗਿਆ ਨੇ ਮਾਰ ਦਿੱਤਾ ਸੀਗਾ ਔਰ ਇਹਨਾਂ ਨੂੰ ਜਦੋਂ ਜਵਾਲਾ ਨਹਿਰੀ ਜੀ ਨੂੰ ਮਿਲ ਕੇ ਆ ਰਹੇ ਸੀਗੇ ਤੇ ਹਰਿਆਣਾ ਦੇ ਬਾਰਡਰ ਤੇ ਅੱਗੇ ਡਰਾਮ ਰਾਕੇ ਇਹਨਾਂ ਦੀ ਗੋਲੀ ਮਾਰ ਮਾਰ ਕੇ ਕਤਲ ਕਰਤਾ ਸੀ ਮਿਲਕੇ ਉਹਨਾਂ ਨੂੰ ਉਹ ਫੜੇ ਗਏ ਸੀਗੇ ਅਸ਼wini ਕੁਮਾਰ ਨੇ ਉਹਨਾਂ ਨੂੰ ਫੜ ਲਿਆ ਸੀ ਨੇਪਾਲ ਦੇ ਬਾਰਡਰ ਤੋਂ ਮੈਨੂੰ ਪਤਾ ਸਾਰੇ ਕੇਸ ਦਾ ਔਰ ਇਹ ਦੇਖ ਲਓ ਹੁਣ adesh pratap ਨੂੰ ਪਾਰਟੀ ਜੋ ਇਹਨਾਂ ਨੇ ਬਾਹਰ ਕਰ ਦਿੱਤਾ ਉਹਦੇ ਵਿੱਚ ਢੀਂਡ ਸਾਹਿਬ ਜੀ ਨੇ ਸਰਤੇਪ ਸਿੰਘ ਢੀਤਸਾਨ ਜੀ ਨੇ ਬੜਾ ਵੱਡਾ ਰੋਸ ਪ੍ਰਗਟਾਇਆ ਕਿ ਇਹ ਬੜੇ ਵੱਡੀ ਗਲਤੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਇਸ ਦੇ ਵੱਡੇ ਕਰਤਾ ਧਰਤਾ ਨੂੰ ਮਾਝ ਦੇ ਜ਼ਰਨੈਲ ਨੂੰ ਇਹਨਾਂ ਨੇ ਬਾਹਰ ਕੱਢਤਾ ਤੇ ਆਪਣੇ ਸਾਲੇ ਨਾਲ ਇਹਨਾਂ ਦੀ ਬਹੁਤ ਗਠਬੰਦੀ ਹੈ ਉਹਨਾਂ ਦਾ ਗਠਬੰਧਨ ਹੈਗਾ ਵਿਕਰਮਜੀਤ ਮਜੀਠੀਆ ਨਾਲ ਉਹ ਵੀ ਮਝਾਲ ਨੇ ਵੀ ਮਝਾਲ ਹੈ ਉਹਨਾਂ ਨੇ ਕਿਹਾ ਕਿ ਇਹ ਨਹੀਂ ਹੈਗਾ ਕਿ ਆਪਣੇ ਸਹੁਰਿਆਂ ਵਾਲੇ ਪਾਸੇ ਜ਼ਿਆਦਾ ਤੇ ਆਪਣੀ ਭੈਣ ਵਾਲੇ ਪਾਸੇ ਨਾ ਜਾਵੇ ਔਰ ਬਹੁਤ ਲੋਕਾਂ ਨੇ ਇਹਨੂੰ ਪੰਡਿਆ ਦੂਜੀ ਗੱਲ ਹੈਗੀ ਕਿ ਸਿਕੰਦਰ ਸਿੰਘ ਮਲੂਕਾ ਜੀ ਦੇ ਵਿੱਚ ਸੀ ਕਿ ਜਿਹੜੀ ਡਿਸਪਲਿਨ ਤੋਂ ਬਾਹਰ ਜਾਂਦੇ ਉਹਨਾਂ ਨੂੰ ਛੇਤੀ ਕੱਢ ਸਕਦੇ ਆ ਉਹਨਾਂ ਨੇ ਤੇ ਆਪ ਉਹਨਾਂ ਦੀ ਡਾਕਟਰ ਲਾ ਪਰਮਪਾਲ ਕੋਲ ਆਪ ਇਲੈਕਸ਼ਨ ਲੜ ਰਹੀ ਇਹ ਬਟਿੰਡੇ ਨੂੰ ਆਈਐਸ ਅਫੀਸਰ ਸੀ ਉਹ ਜ਼ਾਇਨ ਕਰਕੇ ਉਹਨਾਂ ਨੇ ਆਪ ਭਾਜਪੀ ਦੇ ਟਿਕਟ ਤੇ ਚੋਣ ਲੜ ਰਿਹਾ ਉਹਨਾਂ ਨੇ ਤੇ ਇਹਨਾਂ ਨੂੰ ਕੁਝ ਨਹੀਂ ਕਹਿਣਾ ਉਸ ਨਵਾ ਦਾ ਇਹ ਹੈ ਕਿ ਵਿਰਸ ਸਿੰਘ ਬਲਟੋਆ ਜੀ ਜਿਹੜੇ ਐਸ ਵੇਲੇ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਉਹ ਇਸ ਪਾਰਟੀ ਚ ਆ ਗਏ ਨੇ ਉਹ ਵੀ ਮਜਾ ਲਏ ਉਹ ਵੀ ਮਾਝੇ ਦੇ ਲੋਕ ਨੇ ਕੁਝ ਗਰੁੱਪ ਬਣ ਗਏ ਇਹਨਾਂ ਦੇ ਬਹੁਤ ਜ਼ਿਆਦਾ ਇਸ ਗਰੁੱਪ ਦੇ ਵਿੱਚ ਆ ਕੇ ਉਹ ਬੜੇ ਨਿਊਟਰਲ ਆਦਮੀ ਨੇ ਅਦੇਸ਼ ਪ੍ਰਤਾਪ ਜੀ ਕਦੀ ਤੁਸੀਂ ਉਹਨਾਂ ਦੀ ਖਬਰ ਮਾੜੀ ਸੁਣੀ ਹੈ ਜਾਂ ਕਦੇ ਚਾਹ ਉਹਨਾਂ ਨੇ ਰੱਜੇ ਪੁੱਜੇ ਕਰਤੂ ਨੇ ਬਹੁਤ ਵਧੀਆ ਉਹ ਕਿਸੇ ਪਾਰਟੀ ਦੇ ਵਿੱਚ ਨਹੀਂ ਆਉਂਦੇ ਨਾਂ ਉਹ ਬੱਲੇ ਬੱਲੇ ਕਰਦੇ ਚੋਣਨੀ ਕਮੇਟੀ ਦੀ ਨਾਂ ਉਹਨਾਂ ਨੇ ਕਿਹਾ ਜਾਂ ਨਾਂ ਕਾਂਗਰਸੀ ਬੇਸੀ ਕਦੀ ਕਾਂਗਰਸੀ ਰਹੇ ਔਰ ਇਹ ਗੱਲ ਨੂੰ ਹੁਣ ਦੇਖ ਲੋ ਇਤਿਹਾਸ ਨੂੰ ਇਹਨਾਂ ਦੁਬਾਰਾ ਰ ਕਾਲੀ ਦਾਲ ਨੇ ਜਿਹੜੀ ਇਹ ਤਰੇੜਾਂ ਪਾਲੀਆਂ ਆਪਣੀ ਪਾਰਟੀ ਦੇ ਵਿੱਚ ਕਿਉਂਕਿ ਬਾਦਲ ਸਾਹਿਬ ਜਿੰਦੇ ਹੁੰਦੇ ਤੇ ਇਹ ਗੱਲ ਨਹੀਂ ਸੀ ਆ ਸਕਦੀ ਉਦੋਂ ਤੱਕ ਨੌਬਤ ਨਹੀਂ ਸੀ ਆ ਸਕਦੀ ਕੋਈ ਵੀ ਆਪਣੇ ਜਵਾਈ ਨੂੰ ਆਪਣੀ ਤੀਜ ਦੇ ਘਰ ਨੂੰ ਇਸ ਤਰ੍ਹਾਂ ਦਾ ਨਹੀਂ ਕਰਦਾ ਇੱਕ ਰਿਸ਼ਤੇਦਾਰੀ ਹੈ ਇੱਕ ਪਰਿਵਾਰ ਹੈ ਇੱਕ ਕੁੰਬਾ ਕੁੰਬਾ ਪਰਸਤੀ ਨਹੀਂ ਹੈਗੀ ਉਹ ਵੱਡਾ ਪਰਿਵਾਰ ਆ ਉਹਨਾਂ ਦਾ ਬਣਦਾ ਇਹਦੇ ਵਿੱਚ ਸਿਆਸ ਵਿੱਚ ਆਉਣਾ ਕਿਉਂਕਿ ਉਹ ਹੈ ਹੀ ਸ਼ੁਰੂ ਤੋਂ ਆ ਰਿਹਾ ਜੇ ਇਹ ਨੀਦ ਬਿੱਟੂ ਜੀ ਉਹਨਾਂ ਦੇ ਫਾਦਰ ਦਾਦਾ ਜੀ ਦੀ ਡੈਥ ਹੋ ਗਈ ਜਦੋਂ ਕਤਲ ਕਰ ਗਿਆ ਕਰਤਾ ਸੀ ਬੈਂਸ ਸਿੰਘ ਦਾ ਤਾਂ ਉਹਨਾਂ ਨੂੰ ਅਜੇ ਵੀ ਹੈ ਲੋ ਬੀਜੇਪੀ ਚ ਕਿ ਕਾਂਗਰਸ ਚ ਕਰਕੇ ਪਾਸੇ ਅਜੇ ਵੀ ਉਹਦੇ ਖਾਨਦਾਨੇ ਦਾ ਹੈਗਾ ਰਵੀ ਵੱਡਾ ਖਾਨਦਾਨ ਹੈਗਾ ਔਰ ਇਹਨਾਂ ਦੇ ਉੱਤੇ ਕੋਈ ਬਲੇਮ ਨਹੀਂ ਕੋਈ ਇਸ ਤਰ੍ਹਾਂ ਦਾ ਦੋਸ਼ਣ ਨਹੀਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਧਾਰਾ ਨਹੀਂ ਕਦੀ ਲੱਗੀ ਇਹ ਬਿਲਕੁਲ ਬਿਲਕੁਲ ਲੋਕਾਂ ਦੇ ਨਾਲ ਚੱਲਦੇ ਰਹੇ ਆ ਲੋਕਾਂ ਦੇ ਵਿਕਾਸ ਲਈ ਚੱਲਦੇ ਰਹੇ ਲੋਕਾਂ ਨੂੰ ਫੰਡ ਵੀ ਦਿੱਤੇ ਆ ਪੰਜਾਬ ਨੂੰ ਆਪਣੀ ਗੋਦ ਵਿੱਚ ਲੈ ਕੇ ਪਾਲਿਆ ਇਹ ਸਹੀ ਸਾਰਾ ਕੁਝ ਡਿਟੇਲਸ ਦੱਸਿਆ ਜੀ ਪ੍ਰਤਾਪ ਸਿੰਘ ਕਹਿ ਰਹੇ ਜੀ ਬਾਰੇ ਤੇ ਤੁਹਾਡੇ ਪਰਿਵਾਰ ਬਾਰੇ ਹਾਂਜੀ ਇਹ ਅੱਜ ਦੇ ਜੋ ਸਿਆਸੀ ਮਸਲੇ ਨੇ ਜੋ ਸਿਆਸੀ ਹਾਲਾਤ ਨੇ ਜੀ ਹਾਂ ਜੋ ਵੀ ਬਣੇ ਹੋਏ ਨੇ ਸੋ ਤੁਸੀਂ ਇਹਦੇ ਵਿੱਚ ਇੱਕ ਗੱਲ ਕੀਤੀ ਹੈ ਕਿ ਜੱਟ ਦਾ ਸੁਹਾਗੇ ਦੇ ਚੜਿਆ ਮਾਨ ਨਹੀਂ ਹੁੰਦਾ ਮੈਨੂੰ ਬੜਾ ਮਜ਼ਾ ਆਇਆ ਉਹ ਇੱਕ ਰੋਟੀ ਲੈ ਕੇ ਆਈ ਹਮ ਆਪਣੀ ਸੁਆਣੀ ਘਰੋਂ ਜਦੋਂ ਪੁਰਾਣੇ ਸਮੇਂ ਵਕਤਾਂ ਦੇ ਵਿੱਚ ਜਦੋਂ ਹਾਜ਼ਰੀ ਲੈ ਕੇ ਜਾਂਦੀਆਂ ਹੁੰਦੀਆਂ ਸੀ ਪੱਤਾ ਲੈ ਕੇ ਜਾਂਦੀ ਹੁੰਦੀਆਂ ਸੀ ਕਿੱਦਾਂ ਜ ਤੇ ਉਹ ਬੈਠਾ ਜੱਟ ਆਪਣਾ ਸਵੇਰ ਦਾ ਆਇਆ ਹੋਇਆ ਲੱਗਾ ਹੁਣ ਖਾਣ ਤੇ ਉਹ ਬਾਵਾ ਸਾਰਾ ਭੋਜਨ ਬਾਵਾ ਸਾਰਾ ਭੋਜਨ ਹਾਂ ਉਤੋਂਕ ਡਾਕਟਰ ਲੰਘਦਾ ਪਿਆ ਸੀ ਸਾਈਕਲ ਤੇ ਪੁਰਾਣੇ ਜ਼ਮਾਨੇ ਸਾਈਕਲਾਂ ਤੇ ਹੁੰਦੇ ਸੀ ਉਹ ਖੜਾ ਹੋ ਕੇ ਵੇਖਣ ਲੱਗ ਪਿਆ ਤੇ ਚੱਟਣੇ ਆਵਾਜ਼ ਮਾਰ ਲਈ ਆਜੋ ਹਾਂ ਛੱਕ ਲੋ ਹਾਂ ਕਹਿੰਦਾ ਨਹੀਂ ਨਹੀਂ ਤੁਸੀਂ ਛਕੋ ਕਹਿੰਦਾ ਫਿਰ ਕੋਈ ਕੰਮ ਐ ਖੜੇ ਹੋ ਇੱਥੇ ਹੂੰ ਕਹਿੰਦਾ ਮੈਂ ਦੇਖਦਾ ਪਿਆ ਭੋਜਨ ਬਹੁਤ ਜ਼ਿਆਦਾ ਤੇ ਤੁਸੀਂ ਖਾਣਾ ਤੇ ਤੁਹਾਡਾ ਪੇਟ ਹੋਣਾ ਖਰਾਬ ਤੇ ਮੈਂ ਤੁਹਾਨੂੰ ਦਵਾਈ ਦੇ ਕੇ ਜਾਣਾ ਉਹ ਜੱਟ ਕੋ ਕਹਿੰਦਾ ਕਹਿੰਦਾ ਤਿੰਨ ਘੰਟੇ ਬਾਅਦ ਆ ਜਾਈਓ ਆਪਾਂ ਫੇਰ ਇੰਨਾ ਹੀ ਛਕਾਂਗੇ ਕਿਤੇ ਨਹੀਂ ਜਾਂਦਾ ਮੇਰਾ ਢਿੱਡ ਕਿਉਂਕਿ ਇੰਨਾ ਮੈਂ ਕੰਮ ਕਰਦਾ ਫੇ ਸਾਰਾ ਹਜ਼ਮ ਹੋ ਜਾਣਾ ਮੁੜਕਾ ਲੈਣਾ ਕੰਮ ਕਰਨਾ એનર્ਜੀ ਵੇਸਟ ਹੁੰਦੀ ਹੈ ਉਹਦੇ ਨਾਲ ਕੰਮ ਕਰਕੇ ਫਿਰ ਉਹ ਜਿਹੜਾ ਖਾਦਾ ਭੋਜਨ ਹੈਗਾ ਉਹ ਪਚ ਜਾਂਦਾ ਪਚ ਜਾਂਦਾ ਜੀ ਜੀ ਸੋ ਕਿਸਾਨਾਂ ਦੀ ਗੱਲ ਆਪਾਂ ਕੀਤੀ ਹੈ ਤੇ ਕਿਸਾਨ ਜੱਥੇ ਬੰਦੀਆਂ ਦੀ ਗੱਲ ਵੀ ਕਰ ਲੈਨੇ ਆ ਹਾਂ ਕਿਉਂਕਿ ਬਹੁਤ ਭਾਰੀ ਵਿਰੋਧ ਹੁੰਦਾ ਪਿਆ ਹੈ ਭਾਰੀ ਪ੍ਰਦਰਸ਼ਨ ਹੁੰਦੇ ਪਏ ਨੇ ਪਾਜਪਾ ਦੇ ਖਿਲਾਫ ਪਾਜਪਾ ਦੇ ਕੈਂਡੀਡੇਟਸ ਦੇ ਖਿਲਾਫ ਉਹ ਖੇਤੀ ਕਾਨੂੰਨਾਂ ਨੂੰ ਲੈ ਕੇ ਹੀ ਸਾਰਾ ਕੁਝ ਹਜੇ ਤੱਕ ਮਾਮਲਾ ਗਰਮ ਹੈ ਹੁਣ ਜਿਹੜਾ ਨਵਾਂ ਨਵਾਂ ਹੋਇਆ ਸੀ ਇਲੈਕਸ਼ਨਸ ਤੋਂ ਪਹਿਲਾਂ ਜਾਣ ਲੱਗੇ ਸੀ ਤੇ ਹਰਿਆਣਾ ਬਾਰਡਰ ਦੇ ਉੱਤੇ ਜੋ ਪੁਲਿਸ ਨੇ ਧੱਕੇਸ਼ਾਹੀ ਕੀਤੀ ਉਹ ਸਾਰਾ ਕੁਝ ਲੈ ਕੇ ਇਸ ਵਕਤ ਖੂਬ ਬਹੁਤ ਜ਼ੋਰਾਂ ਸ਼ੋਰਾਂ ਤੇ ਪਾਜਪਾ ਦੇ ਖਿਲਾਫ ਡਟ ਕੇ ਪ੍ਰਦਰਸ਼ਨ ਹੋ ਰਿਹਾ ਹੈ ਇਹ ਬੜਾ ਵੱਡਾ ਚਰਚਾ ਬਹੁਤ ਵੱਡਾ ਇਸ਼ੂ ਹੈਗਾ ਔਰ ਬੜਾ ਮਸਲਾ ਗੰਭੀਰ ਹੁੰਦਾ ਜਾ ਰਿਹਾ ਦਿਨ ਦਿਨ ਨਾ ਕੇਵਲ ਪੰਜਾਬ ਵਿੱਚ ਪਰਲੇ ਸੂਬਿਆਂ ਵਿੱਚ ਵੀ ਹੋ ਰਿਹਾ ਔਰ ਉਸ ਤੋਂ ਪਹਿਲਾਂ ਪਰਨੀਤ ਘਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਵਾਈਫ ਨੇ ਜਦੋਂ ਉੱਥੇ ਪਟਿਆਲੇ ਗਈ ਸੀ ਕਿਸਾਨਾਂ ਨੇ ਉੱਥੇ ਵਿਰੋਧ ਕੀਤਾ ਔਰ ਉਹਦੇ ਵਿੱਚ ਇੱਕ ਕਿਸਾਨ ਦੀ ਡੈਥ ਵੀ ਹੋ ਗਈ ਸੀ ਮੌਤ ਵੀ ਹੋ ਗਈ ਸੀ ਇਹ ਤਾਂ ਪਹਿਲਾਂ ਵੀ ਬਹੁਤ ਨੁਕਸਾਨ ਜਿਹੜੇ ਬਾਰਡਰ ਤੇ ਸ਼ੰਭੂ ਬਾਰਡਰ ਤੇ ਉੱਥੇ ਵੀ ਕਈਆਂ ਦੇ ਸੱਟਾਂ ਲੱਗਦੀਆਂ ਕਈਆਂ ਦੇ ਵਿਚਾਰੇ ਇੱਕ ਦੋ ਮਰੇ ਵੀ ਆ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਹਾਦਸੇ ਨੇ ਇਹ ਬੜੇ ਮਾੜੇ ਆ ਇਹ ਤੇ ਇਹ ਜਿਹੜੇ ਇਲੈਕਸ਼ਨ ਦੇ ਦੌਰਾਨ ਹੀ ਹੁੰਦੇ ਆ ਲੋਕਾਂ ਨੂੰ ਹੋਰ ਰੋਹ ਤੇ ਗੁੱਸਾ ਚੜਦਾ ਔਰ ਇਹਦਾ ਨਤੀਜਾ ਜਿਹੜਾ ਇਹ ਜਿਹੜੀ ਭਾਜਪਾ ਸਰਕਾਰ ਆ ਭਾਜਪਾ ਪਾਰਟੀ ਨੂੰ ਭੁਗਤਣਾ ਪੈ ਰਿਆ ਹੰਸਰਾਜ ਹੰਸਦਾ ਐਸੋਲੇ ਜਿਹੜਾ ਤਿੱਖਾ ਵਿਰੋਧ ਹੋ ਰਿਹਾ ਉਹ ਜਦੋਂ ਇਧਰ ਨੂੰ ਪਟਿਆਲੇ ਨੂੰ ਜਾ ਰਹੇ ਸੀ ਰਾਹ ਦੇ ਵਿੱਚ ਕਿਸਾਨਾਂ ਨੇ ਉਹਨਾਂ ਦਾ ਵਿਦਰੋਹ ਕੀਤਾ ਵਿਰੋਧ ਕੀਤਾ ਔਰ ਉਹਨਾਂ ਦੀ ਬਿਆਨ ਨਹੀਂ ਸੁਣਿਆ ਜਾਵੇ ਤਾਂ ਤੁਹਾਡੇ ਰੌਂਗ ਤੇ ਖੜੇ ਹੋ ਜਾਂਦੇ ਕਹਿੰਦੇ ਜੀ ਮੈਂ ਉਹਨੂੰ ਮੈਂਟਲੀ ਤਾਰ ਤੇ ਤਿਆਰ ਹੋ ਗਿਆ ਸੀ ਕਿ ਮੈਨੂੰ ਮਾਰ ਦੇਣਾ ਨੇ ਆਹਨਾਂ ਦੇ ਉਹਨਾਂ ਕੋਲ ਤਲਵਾਰਾਂ ਹਨ ਕੋ ਡੰਗਾਂ ਹਨ ਕੋ ਅੰਦਰ ਵੀ ਮੈਨੂੰ ਨੂੰ ਪਤਾ ਵੀ ਬਾਕੀ ਹਥਿਆਰ ਕੀ ਹੋ ਸਕਦੇ ਆ ਔਰ ਉਹਦੇ ਵਿੱਚਾਂ ਦੇ ਮੈਨੂੰ ਬਹੁਤ ਜ਼ਿਆਦਾ ਅੰਦਰੋਂ ਹੋ ਗਿਆ ਕਿ ਅੱਜ ਮੈਂ ਰਹਿਂਦਾ ਨਹੀਂਗਾ ਮੇਰਾ ਡਰਾਈਵਰ ਵੀ ਉਹਦੇ ਵਿੱਚਾਂ ਦਾ ਮੈਂ ਡਰਾਈਵਰ ਦੇ ਚਿਹਰੇ ਤੇ ਵੇਖਿਆ ਉਹਦੇ ਤੇ ਵੀ ਸਿਕਨ ਆ ਰਿਹਾ ਉਹਦੇ ਚਿਹਰੇ ਤੇ ਵੀ ਡਰ ਛਾਇਆ ਹੋਇਆ ਸੀਗਾ ਕਹਿੰਦਾ ਮੇਰਾ ਸ਼ੀਸ਼ਾ ਵੀ ਤੋੜਿਆ ਔਰ ਮੈਂ ਉਹਦੇ ਤੇ ਬਹੁਤ ਗੁੱਸੇ ਚ ਆਇਆ ਪੀਏ ਗੱਲ ਗਲਤ ਹੈਗੀ ਆ ਪਰ ਉਹਦੇ ਵਿੱਚ ਲੋਕਾਂ ਨੇ ਕਿਹਾ ਕਿ ਤੂੰ ਕਹਿ ਰਿਹਾ ਕਿ 2 ਜੂਨ ਨੂੰ ਮੈਂ ਦੇਖੂਗਾ ਤਾਨੂੰ ਬਾਦਦੀ ਜਿਹੜੀ ਸ਼ਬਦਾਵਲੀ ਆਪਾਂ ਨੇ ਯੂਜ਼ ਕਰਨਾ ਚਾਹੁੰਦੇ ਚੈਨਲ ਤੇ ਬਿਲਕੁਲ ਬਹੁਤ ਮੰਦੀ ਸ਼ਬਦਾਵਲੀ ਹੈ ਤੁਹਾਡੇ ਪਿਓ ਵਰਗੀਆਂ ਤੁਹਾਡੀਆਂ ਮਾਂ ਵਰਗੀਆਂ ਔਰਤਾਂ ਨੇ ਤਾਨੂੰ ਇਹ ਨਹੀਂ ਬੋਲਣਾ ਚਾਹੀਦਾ ਤੁਸੀਂ ਪਾਰਟੀ ਦੇ ਕਰਕੁੰਨ ਜੇ ਤੁਸੀਂ ਐਮਐਲ ਇਥੋਂ ਐਮਪੀ ਬਣ ਰਹੇ ਜੇ ਤੁਹਾਡਾ ਕੀ ਮਤਲਬ ਹੈਗਾ ਤੁਹਾਡੇ ਹੀ ਸੂਬੇ ਦੇ ਲੋਕ ਨੇ ਤੁਹਾਡੇ ਭੈਣ ਭਰਾ ਨੇ ਤੁਸੀਂ ਉਹਨਾਂ ਦੇ ਗਿੱਸ ਕਿਉਂ ਬੋਲਦੇ ਜੇ ਉਹਨਾਂ ਨੂੰ ਬਰੋਚੜਿਆ ਉਹਨਾਂ ਨੇ ਆਪਣਾ ਗੁੱਸਾ ਇਹਦੇ ਨਾਲ ਹੀ ਕੱਢ ਲਿਆ ਪ੍ਰੈਸ ਕਾਨਫਰੰਸ ਹੋਈ ਹੈ ਬਾ ਪ੍ਰੈਸ ਕਾਨਫਰੰਸ ਹੀ ਹੋਈ ਹੈ ਔਰ ਖਾਸ ਕਰਕੇ ਇਹ ਕਹਿੰਦਾ ਮੇਰੇ ਮਗਰੀ ਪਏ ਉਹਨਾਂ ਨੂੰ ਇਹ ਚਾਹੀਦਾ ਜਦੋਂ ਮੀਡੀਆ ਤੇ ਆਉਂਦਾ ਮੀਡੀਆ ਤੇ ਇਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਬਹੁਤ ਲੋਕਾਂ ਨੇ ਕਿਹਾ ਕਿ ਤੂੰ ਆਪਣੀ ਬਣੀ ਬਣਾਈ ਇੱਜ਼ਤ ਮਿੱਟੀ ਚ ਰੋਲ ਲਈ ਤੇ ਇਹ ਇੰਨੀ ਇੱਜ਼ਤ ਸੀ ਲੋਕਾਂ ਚ ਇਹਨਾਂ ਤੋਂ ਵਧੀਆ ਗਾਇ ਔਰ ਤੈਨੂੰ ਸਿਆਸਤਾਂ ਉਨਦੀ ਕੀ ਲੋੜ ਸੀ ਲੋਕਾ ਜੇ ਵੀ ਕਹਿੰਦੇ ਜਾ ਵਾਪਸ ਚਲ ਜਾ ਗਾਇਕੀ ਵਾਲੇ ਪਾਸੇ ਆ ਜਾ ਤਾਂ ਤੈਨੂੰ ਫੇਰ ਹੱਥਾਂ ਤੇ ਚੁਕਣਾਗੇ ਲੋਕਾਂ ਦੀ ਗੱਲ ਹੈ ਲੋਕ ਕਚਹਿਰੀ ਆ ਲੋਕਾਂ ਦੀ ਕੋਰਟ ਹੈਗੀ ਆ ਜਿੰਨਾ ਤੁਹਾਨੂੰ ਲੋਕਾਂ ਨੇ ਚੜਾਇਆ ਤੁਹਾਨੂੰ ਲੋਕ ਥੱਲੇ ਲਾਉਂਦੇ ਬਿਲਕੁਲ ਹੁਣ ਦੇਖੋ ਇੱਕ ਇਹਨਾਂ ਦੀ ਇੱਕ ਪੱਕੀ ਗੱਲ ਹੁੰਦੀ ਹੈ ਕਹਿਣਾ ਫਕੀਰਾਂ ਦੀ ਮੌਜ ਹੈ ਮੇਰੀ ਮੌਜ ਹੈ ਹਾਂ ਹੁਣ ਤੁਸੀਂ ਜੇ ਐਦਾਂ ਦੀਆਂ ਗੱਲਾਂ ਕਰੋਗੇ ਐਦਾਂ ਦੀ ਸ਼ਬਦਾਵਲੀ ਵਰਤੋਗੇ ਤਾਂ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਮੇਰੀ ਮੌਜ ਹੈ ਗੌਣ ਵਾਲਾ ਫਕੀਰ ਦਾ ਕੀ ਹੋਇਆ ਫਕੀਰ ਤਕੀਏ ਜਿ ਬੈਠੇ ਹੁੰਦੇ ਆ ਉਹ ਫਕੀਰ ਜਿਹੜੇ ਹੈਗੇ ਆ ਉਹ ਸਮਾਧਾ ਚ ਬੈਠੇ ਹੈਗੇ ਆ ਉੱਥੇ ਜਾ ਕੇ ਉਹ ਜਾ ਕੇ ਕਈ ਤਰ੍ਹਾਂ ਦੀਆਂ ਜੜੀਆਂ ਹੈਗੀਆਂ ਉਹ ਉਹਨਾਂ ਨੂੰ ਇਲਮ ਆਉਂਦੇ ਆ ਇਲਮ ਤੁਸੀਂ ਦੱਸੋ ਇਹਨਾਂ ਨੂੰ ਕੀ ਗਾਇਕੀ ਤੋਂ ਚਾਰ ਗਾਣੇ ਤੋਂ ਬਾਅਦ ਕੀ ਹੁੰਦਾ ਤੁਸੀਂ ਫਕੀਰੀ ਚ ਆਪਣੇ ਆਪ ਨੂੰ ਕਹਿੰਦੇ ਹੋ ਔਰ ਤੁਸੀਂ ਐਦਾਂ ਦੇ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਸਹੀ ਹੈ ਫਕੀਰ ਆਪਣੇ ਆਪ ਨੇ ਕਹੀ ਜਾਊਗਾ ਜੇ ਮੈਂ ਕਹੇ ਜੋ ਮੈਂ ਆਪਣੇ ਸਾਧਨਾਂ ਜੀ ਮੈਂ ਬਹੁਤ ਵੱਡਾ ਗੁਣਕਾਰੀ ਆ ਜੀ ਮੈਂ ਬਹੁਤ ਵੱਡਾ ਬੁੱਧੀ ਜੀਵੇ ਐਦਾਂ ਨਹੀਂ ਹੁੰਦਾ ਲੋਕ ਕਹਿਣਗੇ ਲੋਕਾਂ ਦੀ ਗੱਲ ਹੁੰਦੀ ਆ ਆਪਣੇ ਆਪ ਕਹੇ ਤਾਂ ਨਹੀਂ ਬੰਦ ਵੀ ਮੈਂ ਬੜਾ ਔਰ ਤੁਸੀਂ ਇਦਾਂ ਦੀ ਸ਼ਬਦਾ ਸ਼ਬਦਾਂ ਦੀ ਵਰਤੋਂ ਕਰਦੇ ਹੋ ਸਹੀ ਗੱਲ ਫਕੀਰੀ ਵਾਲੇ ਇਦਾਂ ਦੀ ਸ਼ਬਦ ਤਾਂ ਨਹੀਂ ਵਰਤਦੇ ਨਹੀਂ ਬੰਦ ਫਕੀਰ ਨੂੰ ਗੁੱਸਾ ਆਉਂਦਾ ਹੀ ਨਹੀਂ ਉਹ ਤਾਂ ਬਿਲਕੁਲ ਸ਼ਾਂਤ ਹੁੰਦਾ ਫਕੀਰਾ ਫਕੀਰੀ ਦੂਰ ਹੈ ਅੰਦਾ ਜੇ ਚੜ ਗਿਆ ਤੇ ਮਰ ਜਾਣਾ ਹੈ ਫਕੀਰਾ ਫਕੀਰੀ ਤੱਕਣਾ ਚੂਰ ਹੈ ਹਾਂ ਫਕੀਰਾ ਫਕੀਰੀ ਬੜੀ ਦੂਰ ਹੈ ਜਿਵੇਂ ਲੰਬੀ ਖਜੂਰ ਹੈ ਖਜੂਰ ਹੈ ਚੜ ਗਿਆ ਤੇ ਚਾਖੂ ਪ੍ਰੇਮ ਰਸ ਦੇਖ ਪਿਆ ਚੱਕਣਾ ਚੂਰ ਇਹ ਹੈਗਾ ਇਹ ਹੈਗੀ ਫਕੀਰੀ ਜੋ ਸਾਡੇ ਬਜ਼ੁਰਗ ਸਮਝਾਉਂਦੇ ਨੇ ਕਰਕੇ ਬੀਜੇਪੀ ਦਾ ਬਹੁਤ ਵਿਰੋਧ ਹੋ ਰਿਹਾ ਕਿਉਂਕਿ ਇਹਦੇ ਜਿੰਨੇ ਵੀ ਉਮੀਦਵਾਰ ਨੇ ਜਿੰਨੇ ਵੀ ਹੈਗੇ ਉਹ ਘਾਟੋ ਘਾਟ ਗਲਤ ਬੋਲਦੇ ਆ ਫਿਰ ਕਈ ਪਾਰਟੀਆਂ ਛੱਡ ਕੇ ਆਏ ਆ ਚਲੋ ਹੰਸ ਰਾਜ ਨੇ ਪਾਰਟੀ ਤਾਂ ਕੋਈ ਛੱਡੀ ਨਹੀਂ ਪਾਰਟੀਆਂ ਛੱਡ ਕੇ ਗਿਆ ਇੱਥੋਂ ਕਰੀਬਲੀ ਹਰਿਆਕਾਲੀ ਦਲ ਚ ਵੀ ਆਇਆ ਕਾਂਗਰਸ ਚ ਵੀ ਆਇਆ ਫਿਰ ਬੀਜੇਪੀ ਦਾ ਪੱਲਾ ਫੜਿਆ ਔਰ ਉਹਦੇ ਵਿੱਚ ਇਹ ਉਸ ਬੰਦੇ ਦੀ ਕੋਈ ਇੱਜ਼ਤ ਨਹੀਂ ਰਹਿੰਦੀ ਜਿਹੜਾ ਬੰਦਾ ਪਾਰਟੀ ਤੇ ਦਲ ਬਦਲਦਾ ਔਰ ਰਵਨੀਤ ਬਿੱਟੂ ਦਾ ਹਾਲ ਦੇਖ ਲਓ ਲੋਕ ਸਿੱਧੇ ਸਿੱਧੇ ਗਾਲਾਂ ਕ ਕਿ ਤੁਸੀਂ ਇੰਨੀਆਂ ਪਾਰਟੀਆਂ ਛੱਡ ਕੇ ਜਦੋਂ ਫੇਸਬੁੱਕ ਤੇ ਆਉਨੇ ਆ ਲੋਕ ਬਹੁਤ ਗੁੱਸਾ ਪਕ ਪਤਾ ਦੇ ਹੁੰਦੇ ਨੇ ਹਨਾ ਉਹਦੇ ਵਿੱਚ ਜਿੰਨੇ ਵੀ ਪਾਰਟੀਆਂ ਬਦਲੀਆਂ ਪਰਨੀਤ ਕੌਰ ਜੀ ਨੇ ਪਾਰਟੀ ਬਦਲੀ ਆ ਉਹਦੇ ਚੋਂ ਕਾਂਗਰਸੀ ਸੀ ਸ਼ੁਰੂ ਚ ਹੁਣ ਉਹ ਭਾਜਪਾ ਜਾ ਕੇ ਉਹਨਾਂ ਦੇ ਲਾਲਚੀ ਲੋਕ ਨੇ ਕੁਰਸੀ ਦੇ ਭੁੱਖੇ ਨੇ ਇੱਕ ਜਗ੍ਹਾ ਤੇ ਬੈਂਦੀ ਨਹੀਂ ਅੱਜ ਨਹੀਂ ਟਿਕਟ ਮਿਲਗੀ ਕੱਲ ਮਿਲ ਜੇਗੀ ਪਰਸੋਂ ਮਿਲ ਜੇਗੀ ਟਿਕਟ ਤਾਂ ਇਹ ਨਹੀਂ ਵੀ ਵਾਰ-ਵਾਰ ਤੁਹਾਨੂੰ ਟਿਕਟ ਦੇ ਜਾਣੀ ਤੁਹਾਡੇ ਖਾਨਦਾਨ ਚ ਟਿਕਟਾਂ ਮੰਡੀ ਜਾਣੀਆਂ ਪੰਜਾਬ ਆ ਲੋਕ ਸੂਝਵਾਨ ਨੇ ਪੜ੍ਹੇ ਲਿਖੇ ਅਰੇ ਤੇ ਕੋਈ ਉਮੀਦਵਾਰ ਦੀ ਗੱਲ ਨਹੀਂ ਆਗੀ ਕਿ ਜਿਹੜਾ ਬੰਦੇ ਨੇ ਅੱਜ ਕੀ ਟਿਕਟ ਮਿਲੀ ਅਗਲੀ ਵਾਰ ਮਿਲ ਜੂਗੀ ਇਹ ਹੁਣ ਸਮਝਦੇ ਆ ਵੀ ਸਾਡੇ ਤੇ ਟਿਕਟਾਂ ਵਾਰ ਹੀ ਜਾਣ ਅਸੀਂ ਲੋਕਾਂ ਤੇ ਰਾਜ ਕਰੀਏ ਲੋਕਾਂ ਨੂੰ ਗੁੰਮਰਾਹ ਕਰੀਏ ਲੋਕਾਂ ਨੂੰ ਮੂਰ ਕਰੀਏ ਪੈਸਾ ਸਾਰਾ ਕੱਟ ਕੇ ਤੇ ਜੇਬਾਂ ਚ ਪਾਈਏ ਦੇ ਲੋਕ ਕਮਾਈ ਕਰਨ ਇਹ ਗਲਤ ਹੋ ਰਿਹਾ ਸਿਸਟਮ ਬਿਲਕੁਲ ਸਹੀ ਗੱਲ ਹੈ ਸਿਸਟਮ ਗਲਤ ਹੈ ਜੀ ਹਾਂ ਔਰ ਮੁੱਖੀ ਗੱਲ ਇਹ ਹੈ ਕਿ ਆਪਾਂ ਹੰਸਰਾਜ ਹੰਸ ਜੀ ਦੀ ਗੱਲ ਕੀਤੀ ਹੈ ਜੀ ਹਾਂ ਹੰਸਰਾਜ ਹੰਸ ਇਹ ਕਿਸਾਨਾਂ ਬਾਰੇ ਭੱਦੀ ਸ਼ਬਦਾਵਲੀ ਵਰਤਣ ਤੋਂ ਬਾਅਦ ਇਹ ਨਹੀਂ ਕਹਿ ਸਕਦੇ ਕਿ ਮੇਰੀ ਮौज ਹੈ ਫਕੀਰ ਦੀ ਮौज ਹੈ ਇਹ ਨਹੀਂ ਕਹਿ ਸਕਦੇ ਤੁਹਾਡੀ ਗੱਲ ਹੋਰ ਦੱਸਿਏ ਜਦੋਂ ਅੰਦੋਲਨ ਸੀਗਾ ਨਾ ਗਾਇਕਾਂ ਦਾ ਦੇਖ ਲਓ ਕੀ ਰਤਬਾ ਹੁੰਦਾ ਕਿਸਾਨਾਂ 'ਚ ਜਦੋਂ ਗੁਰਦਾਸ ਮਾਨ ਜੀ ਦਿੱਲੀ ਗਏ ਇੱਥੇ ਕਿਸਾਨਾਂ ਦੇ ਵਿੱਚ ਬੈਠਿਆ ਪਰਨਾ ਬਣ ਕੇ ਬੈਠੇ ਕਿਸੇ ਨੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਕਿਸ ਨੇ ਨਹੀਂ ਵੇਖਿਆ ਕਮਰ ਗਰੇਵਾਲ ਬੈਠੇ ਨੇ ਹਾਂ ਕਮਰ ਗਰੇਵਾਲ ਪਰ ਉਹ ਨਾ ਤਾਂ ਕਿਸਾਨਾਂ ਦੇ ਵਿਰੁੱਧ ਬੋਲਿਆ ਨਾ ਕਿਸੇ ਪਾਰਟੀ ਦੇ ਵਿਰੁੱਧ ਬੋਲਿਆ ਚਲੋ ਆਓ ਭਗਤਾ ਨਹੀਂ ਹੋਈ ਉਹ ਵੱਖਰੀ ਗੱਲ ਹੈ ਐਜ਼ ਅ ਫਾਰਮਰ ਤਾਂ ਜਾ ਸਕਦਾ ਕੋਈ ਬੰਦਾ ਕਿਉਂ ਨਹੀਂ ਐਜ਼ ਅ ਫਾਰਮਰ ਨਾਟ ਗਾਇਕ ਉਹਨਾਂ ਨੇ ਆਰਟਿਸਟ ਨਹੀਂ ਮੰਨੇ ਅਫੀ ਗੁਰਦਾਸ ਮਾਨ ਜੀ ਆ ਕੇ ਬਹੁਤ ਵੱਡੇ ਗਾਇਕਾ ਜਸਟ ਲਾਈਕ ਅ ਫਾਰਮਰ ਉਹਨਾਂ ਨੇ ਐਂਟਰੀ ਹੋ ਗਈਆ ਗਰੇਵਾਲ ਜੀ ਗਏਆ ਰਵਿੰਦਰ ਗਰੇਵਾਲ ਜੀ ਗਏਆ ਬਹੁਤ ਗਏਆ ਪਰ ਉਹਨਾਂ ਚ ਇਹ ਨਹੀਂ ਵੀ ਨਾਰੇ ਲਾ ਦੋ ਜਿੰਨੇ ਨਿਆ ਕਰ ਦੋ ਜੀ ਹੁਣ ਇਸੇ ਕਰਕੇ ਗੁਰਦਾਸ ਮਾਨ ਦਾ ਵਿਰੋਧ ਨਹੀਂ ਹੋ ਰਿਹਾ ਕਮਲ ਗਰੇਵਾਲ ਜੀ ਦਾ ਉਹ ਨਹੀਂ ਵਿਰੋਧ ਹੋ ਰਿਹਾ ਹੰਸਰਾਜ ਦਾ ਵਿਰੋਧ ਹੋ ਰਿਹਾ ਸਿਰਫ ਤੇ ਸਿਰਫ ਆਪਣੀ ਜ਼ੁਬਾਨ ਨਾਲ ਕੌੜੀ ਸ਼ਬਦਾਵਲੀ ਨਾਲ ਜਿਹੜੀ ਗਲਤ ਗੱਲ ਬੋਲਣੀ ਉਹਦੇ ਨਾਲ ਸਾਡਾ ਪੰਜਾਬ ਐ ਅਸੀਂ ਇੱਕ ਪਾਸੇ ਪੰਜਾਬ ਦੀ ਖੁਸ਼ਹਾਲੀ ਦੇ ਗਾਣੇ ਗਾਉਨੇ ਆ ਹੈ ਪੰਜਾਬ ਕਰਾਂ ਦੀ ਸਿਫਤ ਤੇਰੀ ਹੈ ਨਾ ਉਹਦੇ ਤੇ ਅਸੀਂ ਪੰਜਾਬ ਦੀ ਸਿਫਤ ਕਰਦੇ ਆਂ ਦੂਜੇ ਪਾਸੇ ਅਸੀਂ ਸਿਆਸਤ ਉਹ ਬੀਜੇਪੀ ਅਕਾਲੀ ਦਲ ਉਹਦੇ ਤੇ ਅਸੀਂ ਕਹਿੰਦੇ ਆਂ ਜੀ ਉਹਦੇ ਚ ਬੀਜੇਪੀ ਤੋਂ ਬਾਅਦ ਸਾਡੀਆਂ ਕਾਂਗਰਸ ਫਿਰ ਪਾਰਟੀਆਂ ਦੇ ਗੁਣ ਗਾਉਨੇ ਆ ਉਹਨਾਂ ਦੇ ਗਾਣੇ ਗਾਉਨੇ ਆ ਤੁਸੀਂ ਲੋਕਾਂ ਦੇ ਗੁਣ ਗਾਓ ਜਿਨ੍ਹਾਂ ਨੇ ਤੁਹਾਨੂੰ ਕਿੱਥੇ ਪਹੁੰਚਾਇਆ ਗਾਇਕ ਉਮੀਦਵਾਰ ਲੀਡਰ ਕੌਣ ਬਣਾਉਂਦੇ ਆ ਲੋਕ ਬਣਾਉਂਦੇ ਆ ਲੋਕ ਬਣਾ ਕੇ ਫਿਰ ਲਾਭ ਵੀ ਲੈਂਦੇ ਆ ਇਹੀ ਗੱਲ ਹੁੰਦਾ ਇਸ ਤਰ੍ਹਾਂ ਦੀ ਗੱਲ ਹੈਗੀ ਆ ਇਹ ਕੜਵੀ ਭਾਸ਼ਾ ਨਹੀਂ ਬੋਲਣੀ ਚਾਹੀਦੀ ਬਿਲਕੁਲ ਜੀ ਭਾਈ ਵੀਰ ਸਿੰਘ ਜੀ ਦੀ ਤੁਸੀਂ ਕਵਿਤਾ ਦੀ ਯਾਦ ਕਰਵਾਈ ਹੈ ਪੰਜਾਬ ਕਰਾ ਕੀ ਸਿਫਤ ਤੇਰੀ ਹਰ ਹਾਲ ਦਾ ਸਾਰਾ ਬਿਆਨ ਕੀਤਾ ਉਹ ਤੇਰੀ ਹਰੀਆਲ ਤੇਰੀ ਬਹੁਤ ਪਿਆਰਾ ਸੋ ਅਪਾ ਪਰਬਤ ਮੈਦਾਨ ਤੇਰੇ ਕੋਈ ਗੌਂਦੀ ਹੈ ਕੋਈ ਪੀਂਦੀ ਹੈ ਕੋਈ ਵੀ ਲਾਂ ਬੂਟੇ ਕੱਢਦੀ ਹੈ ਬਹੁਤ ਨਾ ਬਹੁਤ ਪਿਆਰੀ ਹੈ ਬਹੁਤ ਪਿਆਰਾ ਕਲਚਰ ਦੱਸਿਆ ਉਹਨਾਂ ਨੇ ਹਾਂ ਸੋ ਆਪਾਂ ਅੱਗੇ ਚੱਲੀਏ ਜੀ ਹਾਂ ਪਟਿਆਲਾ ਚ ਖੰਨਾਜ ਪ੍ਰਿਯੰਕਾ ਗਾਂਧੀ ਦਾਵਣਾ ਮੋਦੀ ਜੀ ਹੋ ਕੇ ਗਏ ਰਾਹੁਲ ਗਾਂਧੀ ਦਾ ਅੰਮ੍ਰਿਤਸਰ ਰੋਣਾ ਇਹ ਸਾਰੀਆਂ ਗੱਲਾਂ ਹੁਣ ਪੰਜਾਬ ਵਿੱਚ ਰੈਲੀਆਂ ਹੋ ਰਹੀਆਂ ਪੰਜਾਬ 'ਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਰੱਬ ਸੁੱਖ ਰੱਖੇ ਸੁੱਖ ਸ਼ਾਂਤੀ ਨਾਲ ਸਭ ਕੁਝ ਹੋ ਜਾਏਗਾ ਹੁਣ ਇਹ ਵਕ ਕੋ ਵਕ ਪਾਰਟੀ ਲੀਡਰ ਸਟਾਰ ਪ੍ਰਚਾਰਕ ਆ ਰਹੇ ਨੇ ਪੰਜਾਬ ਦੇ ਵਿੱਚ ਜੀ ਤੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦੇ ਪਏ ਨੇ ਇੱਕ ਜਦੋਂ ਨਰਿੰਦਰ ਮੋਦੀ ਜੀ ਆਏ ਪੰਜਾਬ ਪਟਿਆਲਾ ਔਰ ਚੁਗਰਦਾਸਪੁਰ ਜਲੰਧਰ ਕਈ ਜਗ੍ਹਾ ਤੇ ਪਹੁੰਚੇ ਉਸ ਤੋਂ ਬਾਅਦ ਸਮਝ ਲਓ ਕਿ ਹਵਾਈ ਅੱਸੀ ਵਾਟ ਕੀ ਬਗੀ ਮਦ ਵਿੱਚ ਅਮਿਤ ਸ਼ਾਹ ਜੀ ਖਨਾ ਹੈ ਔਰ ਉਹਦੇ ਵਿੱਚ ਲੁਧਿਆਣਾ ਔਰ ਇਹਦੇ ird gird ਸਾਰੇ ਏਰੀਆ ਚ ਆਏ ਆਮਦ ਸ਼ਾਹ ਨੇ ਕਹਤਾ ਕਿ ਪੰਜਾਬ ਦੇ ਵਿੱਚ ਬੀਜੇਪੀ ਨੂੰ ਮੌਕਾ ਦੋਗੇ ਤੇ ਅਸੀਂ ਇਹ ਨਹੀਂ ਆ ਕਿ ਇਹਦੇ ਵਿੱਚ ਡਰਗਸ ਤੇ ਕਿਸ ਤਰ੍ਹਾਂ ਆ ਰਿਹਾ ਨਸ਼ਾ ਕਹਿੰਦੇ ਅਸੀਂ ਪੂਰੇ ਤਰ੍ਹਾਂ ਲੋਕਾਂ ਨੂੰ ਸਖਤ ਤਰੀਕੇ ਨਾਲ ਚੇਤਾਵਨੀ ਦਿੰਦੇ ਆ ਕਿ ਪੰਜਾਬ ਦੇ ਬੀਜੇਪੀ ਨੂੰ ਲਿਆਓ ਔਰ ਅਸੀਂ ਸਭ ਸਭ ਕੁਝ ਰੋਕ ਦਿੰਦੇ ਆ ਪਰ ਬੁੱਧੀਜੀਵ ਨੇ ਕਿਹਾ ਕੇਂਦਰ ਵੀ ਤੁਹਾਡਾ ਹੀ ਹੈ ਰਾਜ ਤੇ ਤੁਹਾਡੇ ਕੋਲ ਤੁਸੀਂ ਹੋਮ ਮਿਨਿਸਟਰ 50 ਕਿਲੋਮੀਟਰ ਦਾ ਇਲਾਕਾ ਬੀਐਸਐਫ ਤੁਹਾਡੇ ਅੰਡਰ ਆ ਨਾ ਕਿ ਰਾਜਨਾਥ ਦੇ ਅੰਡਰ ਹੈ ਤੁਸੀਂ ਉਹ ਉੱਥੋਂ ਐਕਸ਼ਨ ਲੈ ਸਕਦੇ ਜੇ ਇਹ ਨਹੀਂ ਕਿ ਪੰਜਾਬ 'ਚ ਬੀਜੇਪੀ ਦੀ ਸਾਰਾ ਕੁਛ ਆਮੀਦਵਾਰ ਜਿੱਤ ਜਾਣਗੇ ਫਿਰ ਤੁਹਾਨੂੰ ਸਾਰਾ ਕੁਛ ਮਿਲ ਜਾਊਗਾ ਉਹਨਾਂ ਨੇ ਕਹਤਾ ਇਹ ਸਿਰਫ ਥੋਥੇ ਵਾਦੇ ਆ ਜਿਹਦੇ ਜੋ ਕੁਝ ਕੀਤਾ ਤੁਸੀਂ ਦੇਖੋ ਬੀਐਸਐਫ ਦੇ ਕੋਲ ਕੰਟਰੋਲ ਹੈ 50 ਕਿਲੋਮੀਟਰ ਦਾ ਤੁਸੀਂ ਇਲਾਕਾ ਦਿੱਤਾ ਹੋਇਆ ਹੈ ਤੇ ਸਭ ਕੁਝ ਤੇ ਸੈਂਟਰ ਦੇ ਅੰਡਰ ਹੈ ਜੇ ਬੀਜੇਪੀ ਨੂੰ ਲਿਆਓ ਤੁਸੀਂ ਇਹ ਗੱਲ ਕਰ ਰਹੇ ਹੋ ਤੇ ਗੁਜਰਾਤ ਦੇ ਵਿੱਚ 25 ਸਾਲਾਂ ਤੋਂ ਬੀਜੇਪੀ ਹੈ ਤੇ ਦੇਸ਼ ਕਿਹਾ ਜਾ ਰਿਹਾ ਗੁਜਰਾਤ ਦਾ ਵਿਕਾਸ ਮਾਡਲ ਲੈ ਕੇ ਆਓ ਤੇ ਗੁਜਰਾਤ ਜਿਹੜਾ ਹੈ ਉਹ ਨਸ਼ਿਆਂ ਦੀ ਰਾਜਧਾਨੀ ਬਣਦਾ ਜਾ ਰਿਹਾ ਸਹੀ ਗੱਲ ਸਹੀ ਗੱਲ ਤੁਸੀਂ ਪੰਜਾਬ 'ਚ ਨਸ਼ੇ ਕੰਟਰੋਲ ਕਰਨ ਦੀ ਗੱਲ ਕਰਦੇ ਪਏ ਹੋ ਤੇ 25 ਸਾਲ ਤੋਂ ਤੁਸੀਂ ਗੁਜਰਾਤ 'ਚ ਬੈਠੇ ਹੋ ਤੇ ਉੱਥੇ ਕਿਉਂ ਨਹੀਂ ਕੰਟਰੋਲ ਹੋਇਆ ਉਹ ਕਿਉਂ ਨਸ਼ਿਆਂ ਦੀ ਰਾਜਧਾਨੀ ਬਣਦਾ ਪਿਆ ਉਹਨੂੰ ਡਰਗ ਕੈਪੀਟਲ ਕਹਿੰਦਾ ਨਾ ਨੇ ਕਿ ਜਿਹੜੇ ਬੰਦਰਗਾਹ ਤੇ ਸ਼ਹਿਰ ਵਸੇ ਨੇ ਨਾ ਤੁਸੀਂ ਜਿਹੜਾ ਵੀ ਇਹ ਨਾ ਵਿਛੇ ਤੇ ਵਿਸ਼ਾ ਕੱਢ ਲੈਂਦੇ ਐ ਅੱਛੀ ਗੱਲ ਹੈ ਕਿ ਜੇ ਪੰਜਾਬ ਦਾ ਨਾਮ ਵੀ ਲੱਗਦਾ ਹੈ ਡਰੱਗਸ ਤੇ ਤੇ ਬਾਹਰਲੇ ਸੁਭੇ ਵੀ ਨਹੀਂ ਬਚੇ ਰਾਜਸਥਾਨ ਦਾ ਨਾਲਾ ਲੋ ਹਰਿਆਣਾ ਚ ਵੀ ਪੂਰੇ ਦਾ ਪੂਰਾ ਹੈਗਾ ਅਸੀਂ ਜਿਸ ਸੂਬੇ ਚ ਬੈਠੇ ਆਂ ਬਚੁੰਦੇ ਆਂ ਅਸੀਂ ਕਹਿੰਨੇ ਮਰ ਗਏ ਮਰ ਗਏ ਸਾਡੇ ਚ ਬਹੁਤ ਜ਼ਿਆਦਾ ਆ ਗਿਆਗੇ ਤੇ ਕਤਲਬਾਦ ਹੋ ਗਏ ਗੈਂਗਵਾਦ ਬਾਤ ਹੋ ਗਿਆ ਪੂਸੀ ਗੁਜਰਾਤ ਦੀ ਜਿਹੜੀ ਗੱਲ ਛੜੀ ਐ ਅੱਛੀ ਗੱਲ ਐ ਬੰਦਰਗਾਹ ਦੇ ਕਿਨਾਰੇ ਨਾਲ ਹੀ ਹੈਗਾ ਉੱਥੇ ਨਸ਼ਾ ਚਾਹੇ ਬੰਦਰਗਾਹ ਤੋਂ ਆ ਰਿਹਾ ਦਰਿਆਵਾਂ ਰਿਹਾ ਜਿੱਧਰ ਤੇ ਆ ਰਿਹਾ ਪਰ ਡਰਗ ਕੈਪੀਟਲ ਬਣ ਗਈ ਉੱਥੇ ਔਰ ਇਸ ਸਾਲ ਵਿੱਚ ਜਿੰਨਾ ਨਸ਼ਾ ਫੜਿਆ ਗਿਆ ਡੂਰਿੰਗ ਇਲੈਕਸ਼ਨ ਔਰ ਉੱਥੇ ਵੰਡ ਵੰਡਾਈ ਵੀ ਹੁੰਦੀ ਆ ਨਸ਼ਾ ਵੰਡਿਆ ਜਾ ਰਿਹਾ ਹੈ ਹੀਰੋਇਨ ਹਫੀਮ ਚਰਸ ਪੰਗਾ کئی ਸਾਰੇ ਤਰ੍ਹਾਂ ਦੇ ਨਸ਼ੇ ਆ ਗਏ ਗੁਜਰਾਤ ਦੇ ਵਿੱਚ ਔਰ ਇਹ ਕਹਿੰਦੇ ਜੀ ਗੁਜਰਾਤ ਜੀ ਬੜੇ ਦੁੱਧ ਦੀਆਂ ਨਦੀਆਂ ਵਹਿ ਗਈਆਂ ਜੀ ਉੱਥੇ ਉੱਚੇ گاਵਾ ਪਾਲਦੇ ਜੀ ਉੱਥੇ ਸਾਰਾ ਕੁਝ ਹੈਗਾ ਚੁੱਟਾ ਇਨਕਲਾਬ ਹੋ ਗਿਆ ਜਿਹੜਾ ਨਸ਼ਾ ਦਾ ਇਨਕਲਾਬ ਆਇਆ ਸ਼ਿਵਾਂਦ ਰਿਆ ਵੀ ਉੱਥੇ ਵਗਦਾ ਹੀ ਵਗਦਾ ਔਰ ਸਾਰਾ ਕੁਝ ਉਹਨੂੰ ਕਿਸੇ ਕਾਬੂ ਚ ਨਹੀਂ ਆਇਆ ਔਰ ਇਹ ਇੱਥੇ ਪੰਜਾਬ ਚ ਆ ਕੇ ਭਾਸ਼ਣ ਦਿੰਦੇ ਆ ਜਿਹੜੀ ਤੁਸੀਂ ਗੱਲ ਫੜੀ ਆ ਉਸੇ ਤਾਂ ਹੀ ਕਿ ਅਸੀਂ ਜੇ ਆਂਦੇ ਪੰਜਾਬ ਚ ਬੀਜੇਪੀ ਜਿੱਤ ਜੂਗੀ ਤੇ ਸਾਰੇ ਪਾਸੇ ਅਸੀਂ ਨਸ਼ਾ ਕੰਟਰੋਲ ਕਰ ਸਕਦੇ ਪੰਜਾਬ ਚ ਨਾ ਕਿ ਬਾਕੀ ਦੂਜੇ ਸੂਬਿਆਂ ਦੀ ਕਈ ਗੱਲ ਕਿ ਜਿਹੜੇ ਬਾਕੀ ਸੂਬੇ ਉਹਨਾਂ ਨੂੰ ਕੌਣ ਕੰਟਰੋਲ ਕਰੂਗਾ ਮਨੀਪੁਰ ਠਾੜ ਕੋ ਕੰਟਰੋਲ ਨਹੀਂ ਆ ਉਹਦੇ ਚੈਨਾ ਕੁਛ ਤਸ਼ੱਦਦ ਆਇਆ ਨਹੀਂ ਮਾਰ ਠਾੜ ਹੋਈ ਨੇ ਮਰ ਗਏ ਲੋਕ ਇੰਨੇ ਔਰਤਾਂ ਦੀ ਇੱਜ਼ਤ ਲੁੱਟੀ ਗਈ ਉਦੋਂ ਕੇਂਦਰ ਕੀ ਕਰਦਾ ਸੀ ਹੁਣ ਆਲੈਕਸ਼ਨ ਆ ਗਿਆ ਤੇ ਤੁਹਾਨੂੰ ਪਤਾ ਕਿ ਅਸੀਂ ਕੰਟਰੋਲ ਕਰ ਸਕਦੇ ਹਾਂ ਔਰ ਪੰਜਾਬ ਦੇ ਨਕਸ਼ੇ ਤੇ ਉਂਗਲੀ ਰੱਖ ਕੇ ਤੁਸੀਂ ਕਹਿੰਦੇ ਜੀ ਵੀ ਅੰਮ੍ਰਿਤਸਰ ਸਾਡਾ ਹੈਗਾ ਅਸੀਂ ਗੁਰਦਾਸਪੁਰ ਦੇ ਵਿੱਚ ਅਸੀਂ ਸਾਰਾ ਕੁਝ ਕਰਦਾਂਗੇ ਪਟਿਆਲੇ ਸਾਰਾ ਕੁਝ ਕਰਦਾਂਗੇ ਜਿ ਚਰਾਲ ગાંધી ਵੀ ਅੰਮ੍ਰਿਤਸਰ ਆਇਆ ਸੀਗਾ ਉਹਨਾਂ ਨੇ ਵੀ ਬੜਾ ਕੁਝ ਬਾਰੇ ਬਿਆਨਬਾਜ਼ੀ ਕੀਤੀ ਆ ਪ੍ਰਿੰਕਾ ગાંધી ਵੀ ਆਈ ਆ ਰਾਜਨਾਥ ਜੀ ਵੀ ਆਏ ਜਿਹੜੇ ਡਿਫੈਂਸ ਮਿਨਿਸਟਰ ਨੇ ਰੱਖਿਆ ਮੰਤਰੀ ਨੇ ਅਮਿਤ ਸ਼ਾਹ ਜੀ ਵੀ ਆਇਆ ਹੋਰ ਸਾਰੇ ਹੁਣ ਭੀੜਾਂ ਕੱਤੀਆਂ ਪਹਿਲਾਂ ਕੋਈ ਆਉਂਦਾ ਹੀ ਨਹੀਂ ਪੰਜ ਸਾਲ ਤੁਸੀਂ ਸੁੱਤੇ ਸੀਗੇ ਪੰਜਾਬ ਦਾ ਉਦੋਂ ਕਿੱਥੇ ਸੀ ਲੋਕ ਉਦੋਂ ਵੀ ਭੁੱਖੇ ਮਾਰੇ ਸੀ ਉਦੋਂ ਵੀ ਨਸ਼ੇ ਸੀਗੇ ਹੁਣ ਕੀ ਪਤਾ ਲੱਗਿਆ ਤੁਹਾਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਜਦੋਂ ਕਿ ਬੀਜ ਆ ਗਿਣਤੀ ਦੇ ਕਾਊਂਟਡਾਊਨ ਆ ਗਿਣਤੀ ਦੇ ਦੇਣਾ ਗਿਆ ਹੁਣ ਦੇਖੋ ਜੇ ਲੋਕਾਂ ਨੇ ਲੈਣ ਦਾ ਬੀਜੇਪੀ ਆ ਵੀ ਸਕਦੀ ਹੈ ਕਾਂਗਰਸ ਵੀ ਆ ਸਕਦੀ ਹੈ ਇਹ ਲੋਕਾਂ ਤੇ ਨਿਰਭਰ ਕਰਦਾ ਕਿ ਲੋਕਾਂ ਨੇ ਕੀ ਕਰਨਾ ਪਰ ਮੰਤਰੀ ਔਰ ਜਿਹੜੇ ਡਿਫੈਂਸ ਦੇ ਮੰਤਰੀ ਨੇ ਜਾਂ ਕੇਂਦਰੀ ਮੰਤਰੀ ਨੇ ਕੈਬਨਿਟ ਮੰਤਰੀ ਨੇ ਉਹਨਾਂ ਦੀ ਬੋਲੀ ਸੁਣਵਾ ਕੇ ਇੱਥੇ ਕੀ ਕਰਦੇ ਆ ਅਸੀਂ ਪੰਜਾਬ ਲਈ ਕਰੀ ਜਾਂਦੇ ਆ ਅਸੀਂ ਪੰਜਾਬ ਦੀ ਖੁਸ਼ਹਾਲੀ ਲਈ ਕਰ ਰਹੇ ਆ ਤੇ ਕੀਤਾ ਕੀ ਹੈ ਗਿਆ ਡੱਕਾ ਦੋ ਰਨ ਕੀਤਾ ਸੀ ਕੁਝ ਨਹੀਂ ਕੰਮ ਕੀਤਾ ਸੋ ਆਪਾਂ ਅੱਗੇ ਚੱਲਦੇ ਆ ਧੱਕਾ ਕਾ ਦੂਰਾ ਨਹੀਂ ਕੀਤਾ ਇੱਕ ਦੂਜੇ ਤੇ ਇਲਜ਼ਾਮ ਨਹੀਂ ਲਾਏ ਉਸ ਤੋਂ ਵੱਡਾ ਕੰਮ ਕਿਹੜਾ ਹੋ ਸਕਦਾ ਬਸ ਸਹੀ ਗੱਲ ਆ ਦੇਖ ਲਓ ਅਮਿਤ ਸ਼ਾਹ ਜੀ ਨੇ ਇਲਜ਼ਾਮ ਵੀ ਲਾਤਾ ਸਾਡੇ ਸਾਡੇ ਹੋਮ ਮਿਨਿਸਟਰ ਕਿਉਂਕਿ ਉਹ ਪੰਜਾਬ ਦੇ ਵਿੱਚ ਕਹਿੰਦੇ ਨੇ ਬੀਜੇਪੀ ਨੂੰ ਲੈ ਕੇ ਆਓ ਇੱਥੇ ਸਾਰਾ ਕੰਟਰੋਲ ਕਰਾਂਗੇ ਹੁਣ ਅਮਿਤ ਸ਼ਾਹ ਕੇਜਰੀਵਾਲ ਸੀਐਮ ਦਿੱਲੀ ਦੇ ਉੱਤੇ ਇਲਜ਼ਾਮ ਲਾ ਰਹੇ ਨੇ ਕੀ ਲਾਇਆ ਕੀ ਲਾਇਆ ਕਿ ਆਪਣੀਆਂ ਕਾਨੂੰਨੀ ਫੀਸਾਂ ਦਾ ਭੁਗਤਾਨ ਕਰਨ ਲਈ ਕਿਉਂਕਿ ਜੇਲ੍ਹ 'ਚ ਨੇ ਨਾ ਤਾਂ ਕਾਨੂੰਨੀ ਫੀਸਾਂ ਦਿੰਦੇ ਪਏ ਨੇ ਪੰਜਾਬ ਨੂੰ ਭ੍ਰਸ਼ਟਾਚਾਰ ਦਾ ਏਟੀਐਮ ਬਣਾ ਦਿੱਤਾ ਇੱਕ ਤਾਂ ਸ਼ਰਦਾਵਲੀ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਨੇ ਭ੍ਰਸ਼ਟਾਚਾਰ ਦਾ ਏਟੀਐਮ ਸ਼ਬਦ ਤਾਂ ਬਹੁਤ ਵਧੀਆ ਨੇ ਇਹ ਪੰਜਾਬ ਨੂੰ ਬਣਾਤਾ ਇਹ ਅਮਿਤ ਸ਼ਾਹ ਕਹਿ ਰਹੇ ਨੇ ਕੇਜਰੀਵਾਲ ਜੀ ਨੂੰ ਬਸ ਇਹ ਹੋਮਨਿਸਟ ਜਿਹੜਾ ਹੁੰਦਾ ਹੈ ਨੈਕਸਟ ਟੂ ਪ੍ਰਾਈਮ ਮਿਨਿਸਟਰ ਹੁੰਦਾ ਬਹੁਤ ਵੱਡੀ ਪੋਸਟ ਆ ਬਹੁਤ ਵੱਡੀ ਪਦਵੀ ਹੈ ਇਹ ਪੰਜਾਬ 'ਚ ਜਦੋਂ ਦੌਰਾ ਕੀਤਾ ਤੇ ਇਹਨਾਂ ਦਾ ਐਲਾਨ ਇਹ ਸੀਗਾ ਕਿ ਭ੍ਰਸ਼ਟਾਚਾਰ ਨੂੰ ਅੱਗੇ ਜਿਹੜਾ ਅਕਸਾਉਣ ਲਈ ਪੰਜਾਬ ਦੇ ਵਿੱਚੋਂ ਖਰਚਾ ਜਾ ਰਿਹਾ ਔਰ ਪੈਸਾ ਜਿਹੜਾ ਹੈਗਾ ਉਹ ਉਹਨੂੰ ਖਰਚ ਕਰ ਰਿਹਾ ਇਹਦੇ ਕਾਨੂੰਨ ਤੇ ਇਹਦੀ ਭ੍ਰਿਸ਼ਟਾਚਾਰੀ ਤੇ ਕੇਜਰੀਵਾਲ ਤੇ ਕੇਜਰੀਵਾਲ ਅੰਦਰ ਹੈਗਾ ਕਾਨੂੰਨੀ ਵਿਵਸਥਾ ਦੇਣ ਲਈ ਪੰਜਾਬ ਪੈਸਾ ਕਰ ਰਿਹਾ ਔਰ ਵਿਰੋਧੀ ਧਿਰਾਂ ਵੀ ਇਹ ਹੀ ਕਹਿੰਦੀਆਂ ਕਿ ਗੱਡੀਆਂ ਇੱਥੋਂ ਜਾ ਰਹੀਆਂ ਹੈਲੀਕਾਪਟਰ ਇੱਥੋਂ ਜਾ ਰਹੇ ਔ ਇਹਨਾਂ ਭਲਿਆ ਮਾਨਸਾ ਤੇ ਪੱਧਰਪੁਰਸ਼ਾਂ ਨੂੰ ਪੁੱਛੇ ਦਿੱਲੀ ਦਾ ਬਜਟ ਹੈ ਨਹੀਂ ਦਿੱਲੀ ਕੋ ਕੋਈ ਪੈਸਾ ਨਹੀਂ ਹੈਗਾ ਜਦੋਂ ਇਹ ਇੱਕ ਦੋ ਜਿੱਤੇ ਮਿਹਣੇ ਦਿੰਦੇ ਆ ਤੇ ਪੰਜਾਬ ਪੰਜਾਬ ਹੀ ਕਰ ਦਿੰਦੇ ਪੰਜਾਬ ਪੈਸਾ ਪੰਜਾਬ ਤੱਕ ਇਹ ਕਰਜ਼ਾ ਲੈ ਰਿਹਾ ਪੰਜਾਬ ਦੇ ਖਜ਼ਾਨੇ ਚ ਕੀ ਛੱਡਿਆ ਕਿਸੇ ਨੇ ਤਾਂ ਕੀ ਇਹਨਾਂ ਕੋ ਹੈਗਾ BBNO 1000 ਰੁਪਏ ਤੱਕ ਦੇ ਨਹੀਂ ਸਕੇ ਜਿਹਨਾਂ ਦੇ ਜੇਬ ਚ ਹੁੰਦਾ ਜਾਂ ਨਾਲ ਦੀ ਪੌਕਟ ਚ ਹੁੰਦਾ ਦਿੰਦੇ ਕਿਉਂ ਨਾ ਐਲਾਨ ਤੇ ਕਰ ਦਿੰਦੇ ਔਰ ਉਹਦੇ ਵਿੱਚ ਪਟਵਾਰੀ ਵਿਚਾਰੇ ਹਮੇਸ਼ਾ ਸਸਪੈਂਡ ਕੀਤੇ ਬਹੁਤ ਨਹਿਰੀ ਖੇਤੀ ਦੇ ਵਾਲੇ ਉਹ ਸਾਰੇ ਵਿਚਾਰੇ ਅਸਲੀ ਰੋ ਰਹੇ ਆ ਔਰ ਖੇਤੀ ਬੜੀ ਉੱਥੇ ਦੀ ਉੱਥੇ ਡੁੱਲ ਰੁਕੀ ਪਈ ਆ ਇਹ ਸਾਰਾ ਕੁਝ ਇਹਨਾਂ ਨੇ ਇਸ ਕਰਕੇ ਐਲਾਨ ਕਰ ਦਿੰਦੇ ਆ ਕਿ ਪੰਜਾਬ ਤੋਂ ਪੈਸਾ ਬਾਹਰ ਇਹ ਐਸੇ ਕਰਕੇ ਕਹਿੰਦੇ ਭੀ ਹਿੰਦੁਸਤਾਨ ਇੰਡੀਆ ਸੋਨੇ ਦੀ ਚਿੜੀ ਆ ਤੇ ਅੰਗਰੇਜ਼ ਆ ਗਏ ਸੀ ਅੰਗਰੇਜ਼ਾਂ ਤੋਂ ਇਹਨਾਂ ਨੇ ਦਿਵਾਲੀਆ ਘਟਾ ਲਿਆ ਅੰਗਰੇਜ਼ ਜੋ ਕੁਝ ਪੈਹਾ ਇਕੱਠਾ ਕਰਕੇ ਲਿਆ ਕੇ ਉਹ ਪੰਜਾਬ ਦੇ ਮਗਰ ਪਾਉਣਗੇ ਆਰਐਸਐਸ ਤੇ ਗਈ ਇਥੇ ਕਾਰਕੁਨ ਦੇ ਇਥੇ ਬੈਠੇ ਆ ਧਰਮ ਦੇ ਵਿਰੋਧ ਵੀ ਇਹਨਾਂ ਦਾ ਜਾ ਰਿਹਾ ਸਿਆਸ ਦੇ ਵਿਰੋਧ ਵੀ ਜਾ ਰਿਹਾ ਪੰਜਾਬ ਦੀ ਖੁਸ਼ਹਾਲੀ ਦੇ ਵਿਰੋਧ ਵੀ ਜਾ ਰਿਹਾ ਪੰਜਾਬ ਵਾਲਾ ਜਿਆਦਾ ਧਿਆਨ ਹੁੰਦਾ ਰੁਪਈਆ ਇੱਕ ਨਹੀਂ ਦੇ ਰਹੇ ਉਧਰੋਂ ਜਿਹੜਾ ਵੀ ਖਜ਼ਾਨੇ ਦਾ ਪੈਸਾ ਜਾਂ ਵਿਕਾਸ ਦਾ ਪੈਸਾ ਇੱਕ ਰੁਪਈਆ ਨਹੀਂ ਆਇਆ ਪੰਚਾਇਤਾਂ ਪੰਕ ਕਰ ਦਿੱਤੀਆਂ ਪੰਚਾਇਤਾਂ ਵਿਚਾਰੀਆਂ ਰੋ ਰਹੀਆਂ ਹੈਗੀਆਂ ਖੇਤੀਬਾੜੀ ਜਿਹੜੀ ਹੈਗੀ ਬਿਲਕੁਲ ਨਗੂਣੀ ਹੋ ਗਈ ਨਿਮਾਣੀ ਹੋ ਗਈ ਇਸੇ ਤਰ੍ਹਾਂ ਦੀਆਂ ਪਲੇਆ ਮਨਸਮ ਚੀਦੇ ਪੈਸਾ ਤੇ ਦੇਓ ਇਨਾ ਫੰਡ ਦਿੱਤਾ ਪਹਿਲਾਂ ਗਣਾਓ ਕਿੰਨਾ ਪੈਸਾ ਦਿੱਤਾ ਇਸ ਬਜਟ ਦੇ ਵਿੱਚ ਮਾਰਚ ਤੋਂ ਮਾਰਚ ਤੱਕ ਪੰਜਾਬ ਨੂੰ ਕੀ ਪੈਸਾ ਦਿੱਤਾ ਹਰਿਆਣਾ ਜ਼ਿਆਦਾ ਲੈ ਗਿਆ ਹਮਾਚਲ ਜ਼ਿਆਦਾ ਲੈ ਗਿਆ ਉਧਰੋਂ ਮਧ ਪ੍ਰਦੇਸ਼ ਜ਼ਿਆਦਾ ਲੈ ਗਿਆ ਯੂਪੀ ਦਾ ਪੈਸਾ ਦੇਖੋ ਕਿੰਨਾ ਪੈਸਾ ਲੈ ਗਿਆ ਉਹਨਾਂ 'ਚ ਵਿਕਾਸ ਨਹੀਂ ਐ ਸਿਰੇ ਪੌੜੀ ਤੇ ਪੌੜੀ ਐ ਸਿਖਰਾਂ ਤੇ ਵਿਕਾਸ ਨਹੀਂ ਪੰਜਾਬ ਦੇ ਲੋਕ ਐਨਆਰਆਈ ਵੀਰ ਨੇ ਜਿਹੜਾ ਪੈਸਾ ਭੇਜਦੇ ਆ ਬੱਚੇ ਫੜਾ ਰਹੇ ਆ ਧਾਰਮਿਕ ਸਥਾਨਾਂ ਨੂੰ ਦੇ ਦੇ ਰਹੇ ਆ ਕੇਂਦਰ ਇੱਕ ਜ਼ੀਰੋ ਪੈਸਾ ਨਹੀਂ ਦੇਦਾ ਇਹ ਗੱਲ ਬਿਲਕੁਲ ਇਹ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਕੇਂਦਰ ਵੱਲੋਂ ਗੱਲਾਂ ਤਾਂ ਬਹੁਤ ਹੋ ਰਹੀਆਂ ਨੇ ਕੇਂਦਰ ਵੱਲੋਂ ਰਾਜਨਾਥ ਜੀ ਜੋ ਰੱਖਿਆ ਮੰਤਰੀ ਨੇ ਉਹ ਕਹਿ ਰਹੇ ਨੇ ਕਹਿੰਦੇ ਕਿ ਜੇ ਕੇਜਰੀਵਾਲ ਭ੍ਰਸ਼ਟਾਚਾਰੀ ਹੈ ਤਾਂ ਫਿਰ ਭਗਵੰਤ ਮਾਨ ਕੀ ਹੋਏਗਾ ਇਹ ਵੀ ਦੱਸ ਦਿਓ ਦੱਸੋ ਹੁਣ ਇੱਥੇ ਤੱਕ ਗੱਲਾਂ ਆ ਗਈਆਂ ਨੇ ਦੇਖੋ ਵੋਟ ਬੈਂਕ ਕ੍ਰੀਏਟ ਕਰਨ ਵਾਸਤੇ ਆਪਾਂ ਕਿਸ ਹੱਦ ਤੱਕ ਜਾਣਦੇ ਆਂ ਹਾਂ ਔਰ ਅਮਿਤ ਸ਼ਾਹ ਕਹਿ ਰਹੇ ਨੇ ਪੰਜਾਬ ਨੂੰ ਭ੍ਰਸ਼ਟਾਚਾਰ ਦਾ ਏਟੀਐਮ ਬਣਾ ਦਿੱਤਾ ਹੈ ਔਰ ਰਾਜਨਾਥ ਜੀ ਕਹਿ ਰਹੇ ਨੇ ਕੇਜਰੀਵਾਲ ਭ੍ਰਸ਼ਟਾਚਾਰੀ ਹੈ ਤੇ ਫਿਰ ਪਕਵੰਤ ਮਾਨ ਕੀ ਹੋਏਗਾ ਮਤਲਬ ਕੀ ਕਰੀਏ ਪੰਜਾਬ ਦੀ ਸਰਕਾਰ ਨੂੰ برخਾਸ ਕਰਕੇ ਇੱਥੇ ਬੀਜੇਪੀ ਦੀ ਸਰਕਾਰ ਸਥਾਪਿਤ ਕਰ ਦਈ ਹੈ ਭਈ ਵੋਟਾਂ ਤੋਂ ਬਚ ਜਾਂਨੇ ਆ ਵੋਟਾਂ ਦੇ ਖਰਚੇ ਤੋਂ ਬਚ ਜਾਂਦੇ ਕੋਈ ਸੰਵਿਧਾਨ ਦੇ ਮੁਤਾਬਿਕ ਕੋਈ ਇਤਾਂ ਦਾ ਰਾਹ ਹੈਗਾ ਤੇ ਕੱਢ ਲਵੋ ਕਿ ਇਹਨਾਂ ਨੂੰ ਘਰ ਤੋੜ ਦਿਓ ਬੀਜੇਪੀ ਵਾਲੇ ਆ ਕੇ ਬਹਿ ਜਾਂਦੇ ਆ ਆਮ ਆਦਮੀ ਪਾਰਟੀ ਨੂੰ ਘਰ ਤੋੜ ਦਿਓ ਤੁਸੀਂ ਗੱਲ ਸਹੀ ਕੀਤੀ ਹੈ ਉਹ ਰਾਜਨਾਥ ਜੀ ਦਾ ਜਿਹੜਾ ਬਿਆਨ ਆ ਉਹ ਬੜਾ ਇਸ ਤਰ੍ਹਾਂ ਦਾ ਹੈਗਾ ਕਿ ਉਹਨੂੰ ਟੁੱਟੀਆਂ ਭਰਿਆ ਕਹਿ ਲਓ ਕਿ ਜੇ ਜੇ ਤੁਸੀਂ ਮੇਜੋਰ ਨਹੀਂ ਹੈਗਾ ਜੇ ਹਾਂ ਜੇ ਤੁਸੀਂ ਦਿੱਲੀ ਦਿੱਲੀ ਦੀ ਗੱਲ ਕਰਦੇ ਜੇ ਕਿ ਦਿੱਲੀ ਦਾ ਜਿਹੜਾ ਇਸ ਵੇਲੇ ਕੇਜਰੀਵਾਲ ਮੁੱਖ ਮੰਤਰੀ ਉਹਨੇ ਤਾਂ ਤੁਸੀਂ ਸਲਾਖਾਂ ਚ ਬੰਦ ਕਰ ਲਿਆ ਹੁਣ ਅਗਲਾ ਟਾਰਗੇਟ ਨਿਸ਼ਾਨਾ ਤੁਹਾਡਾ ਪੰਜਾਬ ਤੇ ਹੀ ਹੋ ਸਕਦਾ ਜਿੱਥੇ ਪੰਜਾਬ ਦੇ ਜਿੱਥੇ ਆਪ ਸਰਕਾਰ ਆ ਗਈ ਆ ਕੇਜਰੀਵਾਲ ਨੇ ਬਾਹਰ ਆ ਕੇ ਕਹਿਤਾ ਕਿ ਇਹਨਾਂ ਨੇ ਸਾਰੇ ਜਿੱਥੇ ਜਿੱਥੇ ਨੈਸ਼ਨਲ ਪਾਰਟੀ ਬਣੀ ਸੀ ਉਹਨੂੰ ਇਸ ਵੇਲੇ ਮਲਿਆ ਮੀਟ ਕਰ ਲਿਆ ਉਹਨੂੰ ਬਿਲਕੁਲ ਖਾਕ ਚ ਰਲਾਉਣ ਲਈਏ ਇਸ ਵੇਲੇ ਇਹਨਾਂ ਨੇ ਆਪਣਾ ਕਮਰ ਕੱਸਾ ਕੱਸ ਲਿਆ ਤੇ ਉਹਨੇ ਆਪ ਵੀ ਇਹ ਕਹਤਾ ਅਗਲਾ ਨਿਸ਼ਾਨਾ ਪੰਜਾਬ ਹੈਗਾ ਔਰ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਅੱਗੇ ਪਹਿਲਾਂ ਕੀ ਆ ਸੀਗਾ ਉਹ ਚ ਹਰਪਾਲ ਚੀਮਾ ਜੀ ਜਿਹੜੇ ਆਗੇ ਨੇ ਵਿੱਤ ਮੰਤਰੀ ਉਹਨਾਂ ਤੇ ਇਹਨਾਂ ਨੇ ਅੱਗੇ ਕੱਢਿਆ ਸੀਗਾ ਜੇ ਐਲਾਨ ਇਹ ਇਹ ਜਿਹੜੇ ਅਗਲੇ ਪੈਸਾ ਜਿਹੜਾ ਇਹਨਾਂ ਨੇ ਸ਼ਰਾਬ ਘਟਾਲਾ ਇਹਨਾਂ ਨੇ ਪੈਸਾ ਵਿਤ ਮੰਤਰੀ ਤੋਂ ਪੈਸਾ ਦਿੱਤਾ ਔਰ ਉਹਦੇ ਚ ਪੈਸਾ ਜਿਹੜਾ ਸੀ ਅਗਲਾ ਸੀ ਜਾਂਦੇ ਸੀ ਇਹ ਬੜਾ ਚੋਰ ਜਾਂ ਕਾਰਵਾਈ ਇਹਨਾਂ ਤੇ ਕਰਾਂਗੇ ਇਹ ਇਲੈਕਸ਼ਨ ਦੀ ਗੱਲ ਹੈਗੀ ਆ ਭਗਵੰਤ ਮਾਨ ਦੇ ਪਿੱਛੇ ਵੀ ਪੈਣ ਗਿਆ ਔਰ ਇਸ ਸਰਕਾਰ ਦੇ ਵਿੱਚ ਵੀ ਜੋ ਇਹਨਾਂ ਨੇ ਕਹਿਤਾ ਇਹ ਬਰਖਾਸਤ ਕਰਕੇ ਕਿ ਰਾਸ਼ਟਰਪਤੀ ਰਾਜ ਵੀ ਲੱਗ ਹੋ ਸਦਾ ਇਹ ਵੀ ਹੋਸਦਾ ਉਧਰ ਭਗਵੰਤ ਮਾਨ ਕਹਿੰਦਾ ਕਿ ਦੋ ਸਾਲ ਨਿਕਲੇ ਤਿੰਨ ਸਾਲ ਸਾਢੇ ਆ ਗਿਆ ਵੋਟਾਂ ਜੇ ਪਾਓਗੇ ਤਾਂ ਅਸੀਂ 5 ਸਾਲ ਫਿਰ ਆ ਗਿਆ ਹੋਗੇ ਉਦੋਂ ਅਗਲੇ 5 ਸਾਲ ਵੀ ਆਵਾਂਗੇ ਅਸੀਂ ਜਾਂਦੇ 15-15 ਸਾਲ ਕਰਾਂਗੇ ਜੋ ਬਾਦਲ ਜੀ ਕਰਗੇ ਉਹ ਵੀ ਹੁਣ ਨੇੜੇ ਨਹੀਂ ਰੁਕਦੇ ਉਹ ਵੀ ਹੁਣ 15-15 ਤੇ ਉਹਦੇ ਨਾਲ 2-2 ਨੂੰ 4 ਤੇ ਨਾ 5-2 ਨੂੰ 10 ਦੇ ਵਾਲੇ ਪਾਸੇ ਚਲੇ ਗਏ ਉਹ ਪਹਾੜੇ ਪਣ ਲਾ ਪਿਆ ਪਹਿਨਵਾਦ ਪੂਰੇ ਕਰ ਲੋ ਤੁਹਾਨੂੰ ਅਜੇ ਪਤਾ ਤੁਹਾਡੇ ਤੇ ਅੱਗੇ ਤਲਵਾਰ ਲੜਕਦੀ ਐ ਇਹਨੂੰ ਤੇ ਸੰਭਾਲ ਲੋ ਜੋ ਕੁਛ ਹੈਗਾ ਜਿਹੜੇ ਹੈਗਾ ਜਿਦੋਂ ਬਾਂਦਰ ਛਲੀਆਂ ਤੋੜਦਾ ਨਾ ਉਹ ਇੱਕ ਇੰਦਰ ੜਾ ਲਿੰਦਾ ਦੂਜੀ ਤੋੜ ਕੇ ਜਦੋਂ ਇੰਦਰ ੜਾਉਂਦਾ ਵਾ ਤੇ ਫੇਰ ਹੱਥ ਕਰਦਾ ਤੇ ਦੋਵੇਂ ਡਿੱਗ ਪੈਂਦੀਆਂ ਹੁਣ ਜਿਹੜੀਆਂ ਤੁਸੀਂ ਦੋ ਛਲੀਆਂ ਤੋੜਦੇ ਮੱਕੀ ਦੇ ਖੇਤ ਦੇ ਵਿੱਚੋਂ ਤੁਸੀਂ ਉਹਨੂੰ ਸੰਭਾਲਣ ਦੇ ਦੋ ਤਾਂ ਕਿਤੇ ਰੱਖ ਕੇ ਆਓ ਚੱਜ ਨਾਲ ਦੋ ਸਾਲ ਅਜੇ ਹੋਏ ਆ ਬਾਕੀ ਉਹਨੇ ਨਾ ਕਰੋ ਉਹ ਕਹਿੰਦੇ ਵੀ ਇਹਨਾਂ ਨੇ ਕਹਿਤਾਗੇ ਕਿ ਮਸਕਰਿਆਂ ਕੋਲ ਜਾਂ ਜਿਹੜੇ ਕਮੇਡੀਅਨ ਕੋਲ ਨਹੀਂ ਰਾਜ ਹੁੰਦਾੰਦਾ ਇਹ ਇਹ ਮਰਦਾਂ ਵਾਲੀ ਗੱਲ ਨਹੀਂ ਕੋਈ ਕਰਦੇ ਇਹ ਵਿਰੋਧੀ ਪਾਰਟੀਆਂ ਨੇ ਕਹਿਤਾ ਗੁਰਸੱਜ ਸਿੰਘ ਬਲਟੋਆ ਤੇ ਬਾਕੀ ਜਿਹੜੇ ਹੈਗੇ ਨੇ ਪਾਰਟੀਆਂ ਦੇ ਸੁਖਵੀਰ ਬਾਦਲ ਜੀ ਉਹ ਕਹਿੰਦੇ ਨੇ ਮਰਦਾਂ ਵਾਲੀ ਗੱਲ ਨਹੀਂ ਇਹਨਾਂ ਚ ਮਸਕਰਿਆਂ ਵਾਲੀ ਗੱਲ ਹੈਗੀ ਆ ਜੇ ਹਾਸਾ ਠੱਠੇ ਵਾਲੀ ਗੱਲ ਹੈ ਸੀਰੀਅਸ ਗੱਲ ਕੋਈ ਨਹੀਂ ਜਿਹੜੀ ਆ ਹੁਣ ਕੀਤੀ ਹੈ ਰਾਜਨਾਥ ਜੀ ਇਹ ਦੇਖੋ ਗੱਲ ਡਬਲ ਇੰਜਨ ਸਰਕਾਰ ਜੇ ਭਾਜੀਪੀ ਦੇ ਕਹੀਏ ਤਾਂ ਮਣੀਪੁਰ ਵਿੱਚ ਵੀ ਡਬਲ ਇੰਜਨ ਸਰਕਾਰ ਜੋ ਕੁਝ ਕੋਲ ਚੱਲਦਾ ਰਿਹਾ ਸਾਡੇ ਸਾਹਮਣੇ ਹੁਣ ਇਹ ਕਹਿ ਰਹੇ ਨੇ ਪੰਜਾਬ ਦੇ ਵਿੱਚੋਂ ਅਸੀਂ ਨਸ਼ੇ ਖਤਮ ਕਰਾਂਗੇ ਭਾਜੀਪੀ ਨੂੰ ਬਣਾ ਦਿਓ ਤਾਂ ਗੁਜਰਾਤ ਦੇ ਵਿੱਚ 25 ਸਾਲ ਤੋਂ ਭਾਜੀਪੀ ਇਹ ਨਸ਼ਿਆਂ ਦੀ ਕੈਪੀਟਲ ਕਿਹਾ ਜਾਂਦਾ ਤੇ ਉਸ ਸਲਾਈਡਸ ਦੇਖੋ ਤੇ ਪੰਜਾਬ ਦੇ ਵਿੱਚ ਨਸ਼ੇ ਖਤਮ ਕਰਨਾ ਔਰ ਜਦ ਕੇ ਬਾਰਡਰ ਦੀ ਪੂਰੀ 50 ਕਿਲੋਮੀਟਰ ਦੀ ਰੇਂਜ ਤੁਹਾਡੇ ਕੋਲ ਹੈ ਬੀਐਸਐਫ ਦੇ ਜ਼ਰੀਏ ਹੁਣ ਉਹ ਗੱਲ ਆਈਏ ਅਮਿਤ ਸ਼ਾਹ ਕਹਿ ਰਹੇ ਨੇ ਇਹ ਪੰਜਾਬ ਨੂੰ ਏਟੀਐਮ ਦਾ ਅਪ੍ਰਸ਼ਟਾਚਾਰ ਦਾ ਏਟੀਐਮ ਬਣਾ ਦਿੱਤਾ ਰਾਜਨਾਥ ਜੀ ਕਹਿ ਰਹੇ ਨੇ ਜੇ ਕੇਜਰੀਵਾਲ ਭ੍ਰਸ਼ਟਾਚਾਰੀ ਹੈ ਤਾਂ ਫਿਰ ਭਗਵੰਤ ਮਾਨ ਕੀ ਮਤਲਬ ਇੱਕ ਗਰਾਊਂਡ ਪੂਰੀ ਭੁਣੀ ਜਾ ਰਹੀ ਹੈ ਸਹੀ ਗੱਲ ਅਗਲਾ ਜਿਹੜਾ ਇਹਨਾਂ ਨੇ ਜਿਹੜਾ ਖੇਡ ਖੇਡਣੀ ਹੈ ਨਾ ਜਿਹੜੀ ਚਾਲ ਚੱਲਣੀ ਜਿਹੜਾ ਪੱਤਾ ਸੁੱਟਣਾ ਹੈ ਬਾਲ ਸੁੱਟਣਾ ਨਾ ਗਰਾਊਂਡ 'ਚ ਉਹ ਆ ਯਾ ਜਿਹੜਾ ਅੱਗੇ ਉਹ ਗੀਟਾ ਸੁੱਟਣਾ ਹੈ ਨਾ ਉਹਦੇ ਵਾਸਤੇ ਪੂਰੀ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਹੁਣ ਅੱਗੇ ਪੰਜਾਬ ਜਾਂ ਆਮ ਆਦਮੀ ਪਾਰਟੀ ਇਸ ਆਪ ਗੁੱਜ ਨੂੰ ਦੇਖਣ ਵਾਲਾ ਹੋਏਗਾ ਇਲੈਕਸ਼ਨਸ ਤੋਂ ਬਾਅਦ ਕੀ ਹੁੰਦਾ ਹੈ 4 ਜੂਨ ਤੋਂ ਬਾਅਦ ਜਿਹੜੀ 5 ਜੂਨ ਨੂੰ ਨਵੀਂ ਬਿਜਾਰਤ ਆਉਣੀ ਹੈ ਸੈਂਟਰ ਦੇ ਵਿੱਚ ਉਦੋਂ ਕੀ ਰੰਗ ਬੱਜਣੇ ਨੇ ਕੀ ਗੁੱਡੇ ਉੱਠਣੇ ਨੇ ਉਦੋਂ ਦੇਖਣ ਦੀ ਗੱਲ ਹੋਏਗੀ ਫਿਲਹਾਲ ਜਿਹੜੀਆਂ ਗੱਲਾਂ ਨੇ ਨਾ ਇਹ ਪੰਜਾਬ ਵਾਸਤੇ ਸਿਹਤਮੰਦ ਜਾਂ ਪੰਜਾਬ ਦੀ ਸਿਹਤ ਵਾਸਤੇ ਸਹੀ ਗੱਲਾਂ ਨਹੀਂ ਹੈਗੀਆਂ ਇਹ ਸਾਰੀਆਂ ਗੱਲਾਂ ਸਾਨੂੰ ਦੇਖਣੀਆਂ ਚਾਹੀਦੀਆਂ ਨੇ ਸਹੀ ਗੱਲ ਕਿਉਂਕਿ ਪੰਜਾਬ ਦਾ ਜਿਹੜਾ ਅਸਲੇ ਜਿਹੜੇ ਖੁਸ਼ਹਾਲੀ ਦੀ ਗੱਲ ਹੈ ਜੋ ਪੰਜਾਬ ਦੇ ਉਕਾਸ ਦੀ ਗੱਲ ਹੈ ਉਹ ਸਿੱਖਰਾਂ ਵਾਲੇ ਪਾਸੇ ਨਹੀਂ ਗਈ ਇਸ ਕਰਕੇ ਨਹੀਂ ਗਈ ਕਿ ਕੇਂਦਰ ਨੇ ਦੇ ਚ ਕੋਈ ਵੀ ਯੋਗਦਾਨ ਨਹੀਂ ਪਾਇਆ ਕੋਈ ਇੱਥੇ ਕੰਟ੍ਰਿਬਿਊਟਿੰਗ ਕੀਤਾ ਜੇ ਕੀਤਾ ਤਾਂ ਐਲਾਨਨਾਮਾ ਦਾ ਕੀਤਾ ਜਾਂ ਉਹਦੇ ਵਿੱਚ ਤਰੁੱਟੀਆਂ ਦੀ ਗੱਲ ਕੀਤੀ ਹੈ ਜਾਂ ਇਹਨਾਂ ਨੇ ਕਹਿਤਾ ਕਿ ਅਸੀਂ ਜੋ ਇਹਨਾਂ ਦੇ ਵੇਖਿਆ ਜੋ ਕੰਮ ਕੀਤੇ ਉਹ ਅਧੂਰੇ ਆ ਔਰ ਇਸ ਕਰਕੇ 2 ਸਾਲ ਦੇ ਵਿੱਚ ਉਹਨਾਂ ਨੂੰ ਜাদু ਦੀ ਕੋਈ ਛੜੀ ਤੇ ਨਹੀਂ ਕੋ ਉਹਦੇ ਵਿੱਚ ਲਾ ਕੇ ਸਾਰਾ ਕੁਝ ਕਰ ਦੇ ਖਜ਼ਾਨਾ ਤਾਂ ਖਾਲੀ ਪੰਜਾਬ ਦੇ ਔਰ ਉਹ ਹੁਣ ਜਿਹੜੀ ਇਲੈਕਸ਼ਨ ਆ ਗਈ ਇਲੈਕਸ਼ਨ ਚ ਪੇਰ ਪੈਸਾ ਪੰਜਾਬ ਦਾ ਬੜਾ ਬਰਬਾਦ ਹੋ ਰਿਹਾ ਗੱਡੀਆਂ ਚੱਲ ਰਹੀਆਂ ਹੈ ਨਾ ਪਰਦਸ਼ਣੀਆਂ ਹੋ ਰਹੀਆਂ ਚੈਨਲ ਚੱਲ ਰਹੇ ਆ ਕਈ ਕੁਛ ਉਹਦੇ ਤੇ ਜਿਹੜੇ ਆ ਵਿਕਾਸ ਬੰਦੀਆਂ ਗੱਲਾਂ ਹੋ ਰਹੀਆਂ ਔਰ ਉਹਦੇ ਵਿੱਚ ਸਿਰਫ ਤੇ ਸਿਰਫ ਇਹ ਗੱਲ ਅਗੇ ਵਿਕਾਸ ਦੀਆਂ ਗੱਲਾਂ ਹੀ ਹੋ ਰਹੀਆਂ ਪ੍ਰੈਕਟੀਕਲ ਤੌਰ ਤੇ ਪੰਜਾਬ ਦਾ ਕੁਝ ਨਹੀਂ ਬਣਿਆ ਬਲਕਾਰ ਜੀ ਜਿਹੜਾ ਉੱਠਦਾ ਕਹਿੰਦਾ ਸੱਤਾ ਹੜੱਪ ਲਵਾ ਜਿਹੜਾ ਉੱਠਦਾ ਕਹਿੰਦਾ ਸੱਤਾ ਹੜੱਪ ਲਵਾ ਲੋਕਾਂ ਦਾ ਕੀ ਬਣੂ ਸੂਬੇ ਦਾ ਕੀ ਬਣੂ ਦੇਸ਼ ਦਾ ਕੀ ਬਣੂ ਇਹਦਾ ਵਿਚਾਰ ਕਰਨ ਵਾਲੀ ਗੱਲ ਹੈ ਹਾਂ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਸਾਡਾ ਚੈਨਲ ਪੰਜਾਬ ਮਿਲ ਯੂਐਸਏ ਟੀਵੀ ਸਬਸਕ੍ਰਾਈਬ ਕਰੋ ਜੀ ਜੀ ਬਲਦਾਰ ਚਲੀ ਜ਼ਰੂਰ ਜੀ ਸਤਿ ਸ਼੍ਰੀ ਅਕਾਲ